ਸਰਹੰਦ ਦੇ ਵਿੱਚ ਪਹੁੰਚ ਜਾਂਦਾ ਹੈ ਸਰਹੰਦ ਉਸ ਵੇਲੇ ਸੂਬਾ ਹੈ ਸੂਬੇ ਦਾ ਮਤਲਬ ਹੁੰਦਾ ਹੈ ਸਟੇਟ ਜਿਹੜਾ ਉਸ ਵੇਲੇ ਰਾਜਧਾਨੀ ਦਾ ਵੀ ਕੰਮ ਨਾਲ ਕਰਦਾ ਹੈ ਮੁੱਖ ਤੌਰ ਦੇ ਉੱਤੇ ਜਦੋਂ ਅਸੀਂ ਪੜ੍ਹਾਂਗੇ ਸੂਬਾ ਸਰਹੰਦ ਸੂਬਾ ਕਸ਼ਮੀਰ ਸੂਬਾ ਮਲਤਾਨ ਇਹ ਸਾਡੇ ਸਾਹਮਣੇ ਇਹਨਾਂ ਦਾ ਜ਼ਿਕਰ ਆ ਜਾਂਦਾ ਹੈ ਔਰ ਕਹਿਣ ਦਾ ਮਤਲਬ ਇਹ ਹੈ ਕਿ ਜਿਸ ਵੇਲੇ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ ਹੈ ਉਸ ਘੇਰਾ ਪਾਉਣ ਦੇ ਵਿੱਚ ਜੇਕਰ ਕੋਈ ਧਿਰ ਸਭ ਤੋਂ ਵੱਡੀ ਹੈ ਤੇ ਉਹ ਸੂਬਾ ਸਰਹੰਦ ਹੈ ਔਰ ਉਸ ਵੇਲੇ ਉਸ ਸਰਹੰਦ ਦੇ ਸੂਬੇ ਦਾ ਜਿਹੜਾ ਮੁਖ ਪ੍ਰਬੰਧ ਹੈ ਉਹ ਵਜ਼ੀਰ ਖਾਨ ਦੇ ਹੇਠ ਹੈ ਸਹਿਬਜ਼ਾਦਿਆਂ ਨੂੰ ਜਦੋਂ ਸਰਹੰਦ ਪਹੁੰਚਾਇਆ ਗਿਆ ਸੀ ਸਭ ਤੋਂ ਪਹਿਲਾਂ ਇੱਕ ਪਿੱਪਲ ਦਾ ਦਰਖਤ ਹੈ ਉਹਦੇ ਹੇਠਾਂ ਇਹਨਾਂ ਦਾ ਗੱਡਾ ਰੋਕਿਆ ਗਿਆ ਇਥੋਂ ਅਗਲੀ ਕਾਰਵਾਈ ਦੇ ਲਈ ਕਿ ਸਹਿਬਜ਼ਾਦੇ ਸਰਹੰਦ ਪਹੁੰਚਾ ਦਿੱਤੇ ਗਏ ਨੇ ਇਹਨਾਂ ਨੂੰ ਕਿਸ ਅਸਥਾਨ ਦੇ ਉੱਤੇ ਭੇਜਣਾ ਹੈ ਉਸ ਕਾਰਵਾਈ ਦੇ ਲਈ ਜਿਹੜੇ ਸਿਪਾਹੀ ਨੇ ਉਹ ਵਜ਼ੀਰ ਖਾਨ ਦੇ ਕੋਲ ਪਹੁੰਚਦੇ ਨੇ ਉਥੋਂ ਉਹਨਾਂ ਨੂੰ ਪਹਿਲਾ ਹੁਕਮ ਇਹ ਮਿਲਦਾ ਹੈ ਕਿ ਮਾਤਾ ਜੀ ਨੂੰ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਵੇ ਔਰ ਸਹਿਬਜ਼ਾਦਿਆਂ ਨੂੰ ਕਚੈਰੀ ਦੇ ਵਿੱਚ ਪੇਸ਼ ਕੀਤਾ ਜਾਵੇ ਉਸ ਵੇਲੇ ਸਹਿਬਜ਼ਾਦਾ ਬਾਬਾ ਜੋਰਾਵਰ ਸਿੰਘ ਦੀ ਉਮਰ ਲਗਭਗ 8 ਸਾਲ ਦੇ ਕਰੀਬ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਦੀ ਉਮਰ ਲਗਭਗ 6 ਸਾਲ ਦੇ ਕਰੀਬ ਹੈ ਠੰਡਾ ਬੁਰਜ ਹੁਣ ਵੀ ਜਿਹੜੀਆਂ ਸੰਗਤਾਂ ਨੇ ਸਤਿਗੁਰਾਂ ਦੇ ਇਸ ਅਸਥਾਨ ਦੇ ਦਰਸ਼ਨ ਕੀਤੇ ਹੋਣਗੇ ਉਨਨਾਂ ਨੂੰ ਵੈਸੇ ਹੀ ਪਤਾ ਹੋਵੇਗਾ ਕਿ ਗੁਰਦੁਆਰਾ ਸਾਹਿਬ ਉਹ ਅਸਥਾਨ ਬਾਕੀ ਅਸਥਾਨਾਂ ਦੇ ਨਾਲੋਂ ਵੈਸੇ ਹੀ ਉਚਾਈ ਦੇ ਉੱਤੇ ਉਸਾਰਿਆ ਗਿਆ ਹੈ ਭਾਵੇਂ ਕਿ ਉਹਦਾ ਅਸਲੀ ਰੂਪ ਅਜੇ ਸਾਡੇ ਕੋਲ ਹੁਣ ਕਾਇਮ ਨਹੀਂ ਰਹਿ ਗਿਆ ਪਰ ਅਜੇ ਵੀ ਉਹ ਗੁਰਦੁਆਰਾ ਉਸ ਯਾਦ ਦੇ ਵਿੱਚ ਉੱਚੇ ਅਸਥਾਨ ਦੇ ਉੱਤੇ ਬਣਾਇਆ ਗਿਆ ਹੈ ਬੁਰਜ ਦਾ ਵੈਸੇ ਹੀ ਮਤਲਬ ਉੱਚੀ ਜਗ੍ਹਾ ਹੋ ਜਾਂਦੀ ਹੈ ਠੰਡੇ ਬੁਰਜ ਦੇ ਬਾਰੇ ਇਹ ਗੱਲ ਆਖੀ ਜਾਂਦੀ ਹੈ ਕਿ ਜਿਵੇਂ ਗਰਮੀਆਂ ਦੇ ਵਿੱਚ ਏਸੀ ਰੈਸਟ ਹਾਊਸ ਜਿਹੜੇ ਹੁੰਦੇ ਨੇ ਉਹ ਉਹਨਾਂ ਦਾ ਕੰਮ ਕਰਦਾ ਸੀ ਇਹਦੇ ਨਾਲ ਹੀ ਇੱਕ ਟੈਂਪਰੇਰੀ ਤੌਰ ਦੇ ਉੱਤੇ ਨਹਿਰ ਜਾਂ ਪਾਣੀ ਦਾ ਚਸ਼ਮਾ ਵਗਾਇਆ ਜਾਂਦਾ ਹੁੰਦਾ ਸੀ ਜਦੋਂ ਉਹ ਦੀਵਾਰ ਦੇ ਨਾਲ ਪਾਣੀ ਛੂੰਦਾ ਸੀ ਉਹਦਾ ਪਾਣੀ ਨਮੀ ਬਣ ਕੇ ਉੱਪਰ ਨੂੰ ਜਦੋਂ ਉੱਠਦਾ ਸੀ ਤੇ ਉਹਦੀ ਹਵਾ ਦੇ ਕਰਕੇ ਉਹ ਠੰਡਾ ਹੋ ਜਾਂਦਾ ਸੀ ਇਸ ਕਰਕੇ ਉਹਦਾ ਨਾਮ ਠੰਡਾ ਬੁਰਜ ਸੀ ਸੁਭਾਵਕ ਦੀ ਗੱਲ ਹੈ ਕਿ ਇਹਨਾਂ ਦੋਹਾਂ ਧਿਰਾਂ ਨੂੰ ਵੱਖ ਕਰਨ ਦਾ ਇੱਕ ਤਰੀਕਾ ਸੀ ਕਿ ਜਿਹਦੇ ਵਿੱਚ ਦੋਹਾਂ ਨੂੰ ਵੱਖ ਰੱਖ ਕੇ ਇਹ ਇਹ ਸਮਝਾ ਦਿੱਤਾ ਜਾਵੇਗਾ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਡਰਾਵੇ ਦਿੱਤੇ ਜਾਣਗੇ ਇਹਨਾਂ ਘਟਨਾਵਾਂ ਨੂੰ ਇਸ ਕਰਕੇ ਸਭ ਤੋਂ ਵਧੀਆ ਜੇਕਰ ਸਮਝਣਾ ਹੋਵੇ ਤੇ ਸਾਨੂੰ ਇੱਕ ਮਾਨਸਿਕਤਾ ਦਾ ਖਿਆਲ ਬੜਾ ਰੱਖਣਾ ਪਵੇਗਾ ਸ਼ਾਇਦ ਅਸੀਂ ਕੱਲ ਵੀ ਇਸ ਗੱਲ ਦੇ ਬਾਬਤ ਵਿਚਾਰ ਕੀਤੀ ਸੀ ਕਿ ਗੱਲ ਇੱਥੇ ਇਹ ਨਹੀਂ ਚੱਲਦੀ ਪਈ ਕਿ ਸਹਬਜ਼ਾਦਿਆਂ ਨੂੰ ਖਤਮ ਕਰਨਾ ਹੈ ਜਾਂ ਦੂਜੇ ਨੰਬਰ ਦੇ ਉੱਤੇ ਅਸੀਂ ਇਹ ਗੱਲ ਕਰਨੀ ਹੈ ਕਿ ਅਸੀਂ ਆਪਣੇ ਆਪ ਨੂੰ ਬੜਾ ਜੇਤੂ ਮਹਿਸੂਸ ਕਰ ਲੈਣਾ ਹੈ ਉਹਨਾਂ ਨੂੰ ਵੀ ਪਤਾ ਹੈ ਕਿ ਸਹਿਬਜ਼ਾਦਿਆਂ ਦੀ ਉਮਰ ਦੇ ਹਿਸਾਬ ਦੇ ਨਾਲ ਉਹਨਾਂ ਨੇ ਕੀ ਮੁਕਾਬਲਾ ਕਰ ਲੈਣਾ ਹੈ ਔਰ ਉਹਨਾਂ ਨੂੰ ਖਤਮ ਕਰਕੇ ਕੋਈ ਬਹੁਤੀ ਦਲੇਰੀ ਤੇ ਇਹਨਾਂ ਦੇ ਜੀਵਨ ਦੇ ਵਿੱਚ ਇਹਨਾਂ ਨੂੰ ਮਿਲਣੀ ਨਹੀਂ ਹੈ ਪਰ ਉਹਨਾਂ ਦਾ ਧਿਆਨ ਦੂਸਰੇ ਪਾਸੇ ਦੇ ਵੱਲ ਜ਼ਰੂਰ ਸੀ ਕਿ ਜੇਕਰ ਡਰਾ ਕੇ ਧਮਕਾ ਕੇ ਕਿਸੇ ਵੀ ਤਰੀਕੇ ਦੇ ਨਾਲ ਜੇਕਰ ਅਸੀਂ ਸਹਿਬਜ਼ਾਦਿਆਂ ਨੂੰ ਆਪਣੀ ਗੱਲ ਮੰਨਵਾ ਲੈਨੇ ਹਾਂ ਦੀਨ ਦੇ ਵਿੱਚ ਲੈ ਆਉਂਦੇ ਹਾਂ ਇਨਾਂ ਨੂੰ ਡਰਾ ਕੇ ਇਸਲਾਮ ਦੇ ਵੱਲ ਲੈ ਆਉਂਦੇ ਹਾਂ ਤੇ ਫਿਰ ਹਜ਼ੂਰ ਬਖਸ਼ ਲਵੇ ਸਮਝ ਲਓ ਸਮੇਂ ਦਾ ਇਤਿਹਾਸ ਦਾ ਗੇੜ ਹੀ ਹੋਰ ਹੋ ਜਾਣਾ ਸੀ ਖਤਮ ਕਰਨਾ ਉਹਨਾਂ ਦੇ ਲਈ ਕੋਈ ਵੱਡੀ ਗੱਲ ਨਹੀਂ ਹੈ ਉਹਨਾਂ ਨੇ ਇਹ ਪਹਿਲਾਂ ਹੀ ਸੋਚਿਆ ਹੋਇਆ ਹੈ ਪਰ ਕਾਰਨ ਸਿਰਫ ਇਨਾਂ ਕੁ ਸੀ ਖਤਮ ਕਰਨ ਤੋਂ ਪਹਿਲਾਂ ਇਨਾਂ ਕੁ ਜ਼ਰੂਰ ਤੋੜ ਦੇਣਾ ਚਾਹੁੰਦੇ ਨੇ ਝੁਕਾ ਦੇਣਾ ਚਾਹੁੰਦੇ ਨੇ ਕਿ ਜੇਕਰ ਬੱਚੇ ਝੁਕ ਗਏ ਤੇ ਅਸੀਂ ਇਹ ਕਵਾਂਗੇ ਕਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਜਿਨ੍ਹਾਂ ਨੂੰ ਫੜਨ ਦੇ ਲਈ ਅਸੀਂ ਇੰਨਾ ਲੰਮਾ ਸਮਾਂ ਘੇਰਾ ਪਾਇਆ ਹੈ ਜੇ ਉਹ ਨਹੀਂ ਫੜੇ ਗਏ ਤੇ ਅਸੀਂ ਵੇਖੋ ਉਹਨਾਂ ਦੇ ਬੱਚਿਆਂ ਦੇ ਨਾਲ ਜੀਵਨ ਦੇ ਵਿੱਚ ਕੀ ਕੀਤਾ ਹੈ ਮਾਤਾ ਜੀ ਨੂੰ ਠੰਡੇ ਬੁਰਜ ਦੇ ਵੱਲ ਭੇਜ ਦਿੱਤਾ ਗਿਆ ਬੱਚਿਆਂ ਨੂੰ ਉਸ ਵੇਲੇ ਕਚੈਰੀ ਦੇ ਵਿੱਚ ਪੇਸ਼ ਕੀਤਾ ਗਿਆ ਜਿਸ ਵੇਲੇ ਕਚੈਰੀ ਦੇ ਅੰਦਰ ਪੇਸ਼ ਕੀਤਾ ਜਾ ਰਿਹਾ ਹੈ ਸਭਾ ਦੇ ਵਿੱਚ ਸਹਬਜ਼ਾਦੇ ਉੱਥੇ ਪਹੁੰਚਦੇ ਨੇ ਹਜ਼ੂਰ ਬਖਸ਼ ਲਵੇ ਮੈਂ ਸਵੇਰੇ ਵੀ ਲਗਭਗ ਇਸ ਗੱਲ ਦੀ ਬੇਨਤੀ ਕੀਤੀ ਸੀ ਕਿ ਅਸੀਂ ਆਖ ਦਿੰਨੇ ਹਾਂ ਸਾਡੇ ਬੱਚੇ ਸੁਣਦੇ ਨਹੀਂ ਨੇ ਪਰ ਅਸੀਂ ਜੇ ਧਿਆਨ ਦੇ ਨਾਲ ਸੋਚੀਏ ਤੇ ਅਸੀਂ ਸੁਣਾਉਂਦੇ ਵੀ ਕਿੰਨਾ ਕਹਾ ਉਹਨਾਂ ਨੂੰ ਸਾਨੂੰ ਆਪ ਵੀ ਉਹਨਾਂ ਕਹੀ ਪਤਾ ਹੁੰਦਾ ਹੈ ਇਹਨਾਂ ਘਟਨਾਵਾਂ ਦਾ ਇਹਨਾਂ ਗੱਲਾਂ ਦਾ ਸਾਡਾ ਖੁਦ ਦਾ ਹੀ ਇੰਨਾ ਕੁ ਸਮਾਂ ਇਸ ਚੀਜ਼ ਨੂੰ ਸਿੱਖਣ ਦੇ ਉੱਤੇ ਲੱਗਾ ਹੁੰਦਾ ਹੈ ਤੇ ਫਿਰ ਅਸੀਂ ਦੂਜਿਆਂ ਨੂੰ ਕੀ ਸਿਖਾ ਸਕਦੇ ਹਾਂ ਇਸ ਚੀਜ਼ ਦੇ ਬਾਰੇ ਪਹਿਲਾਂ ਘਟਨਾਵਾਂ ਦਾ ਸਾਨੂੰ ਖੁਦ ਤੇ ਪਤਾ ਹੋਵੇ ਸਹਿਬਜ਼ਾਦਿਆਂ ਨੇ ਸਭਾ ਦੇ ਅੰਦਰ ਜਾ ਕੇ ਸਭ ਤੋਂ ਪਹਿਲਾਂ ਫਤਿਹ ਬੁਲਾਈ ਸੀ ਇਹ ਹੁੰਦਾ ਹੈ ਜਿਹੜੀ ਸਾਡੀ ਕਿਸੇ ਥਾਂ ਦੇ ਉੱਤੇ ਪਹੁੰਚਣਾ ਹੈ ਤੇ ਸਾਡੀ ਹੋਂਦ ਦਾ ਅਹਿਸਾਸ ਹੋਣਾ ਸਤਗੁਰੂ ਜੀ ਕਿਰਪਾ ਕਰਨ ਮੈਂ ਲਗਭਗ ਕਿਉਂਕਿ ਜੋ ਅਸੀਂ ਸਵੇਰੇ ਵਿਚਾਰ ਕੀਤੀ ਹੈ ਉਹਨੂੰ ਹੀ ਦੁਹਰਾਇਆ ਜਾਵੇਗਾ ਗੱਲ ਹੁੰਦੀ ਹੈ ਕਿ ਆਪਣੇ ਬੱਚੇ ਦੇ ਜੀਵਨ ਨੂੰ ਸਿਖਾਉਣ ਦੇ ਵਿੱਚ ਜੀਵਨ ਨੂੰ ਘੜਨ ਦੇ ਵਿੱਚ ਅਸੀਂ ਕਿਹੜੀਆਂ ਚੀਜ਼ਾਂ ਨੂੰ ਜ਼ਿਆਦਾ ਜ਼ਰੂਰੀ ਸਮਝਦੇ ਹਾਂ ਇਹ ਵੇਖਦੇ ਹਾਂ ਇਹ ਹੁਣ ਸਮਝ ਲਓ ਸਾਡੇ ਆਪਣੇ ਘਰਾਂ ਦੇ ਮਾਹੌਲ ਦੀ ਗੱਲ ਆਜਣੀ ਹੈ ਨਾਲੇ ਨਾਲ ਇਹ ਅਸੀਂ ਵੇਖਦੇ ਹਾਂ ਹਾਲਾਂਕਿ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਖਾਸ ਕਰਕੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਉੱਤੇ ਬਿਰਾਜਣ ਤੋਂ ਬਾਅਦ ਦੇ ਵਿੱਚ ਮਹਾਰਾਜ ਨੇ ਹਰ ਜੀਵਨ ਨੂੰ ਇੰਨਾ ਜ਼ਰੂਰੀ ਸਮਝਿਆ ਹੈ ਇੰਨਾ ਇੰਪੋਰਟੈਂਟ ਸਮਝਿਆ ਹੈ ਕਿ ਕੋਈ ਵੀ ਜੀਵਨ ਸੱਚੇ ਪਾਤਸ਼ਾਹ ਨੇ ਐਵੇਂ ਨਹੀਂ ਕਿਹਾ ਕਿ ਐਵੇਂ ਪੈਦਾ ਹੋ ਗਏ ਨੇ ਤੇ ਐਵੇਂ ਖਤਮ ਹੋ ਜਾਣ ਹਰ ਜੀਵਨ ਨੂੰ ਸ਼ੁਰੂ ਕਰਨ ਦੇ ਵਿੱਚ ਸੱਚੇ ਪਾਤਸ਼ਾਹ ਨੇ ਪੂਰਾ ਜ਼ੋਰ ਲਗਾਇਆ ਹੈ ਹਰ ਬਚਪਨ ਦੇ ਵਿੱਚ ਹਰ ਚੀਜ਼ ਦੇ ਉੱਤੇ ਮਹਾਰਾਜ ਨੇ ਮਿਹਨਤ ਕੀਤੀ ਹੈ ਭਾਵੇਂ ਸੱਚੇ ਪਾਤਸ਼ਾਹ ਜੀ ਦੇ ਆਪਣੇ ਬੱਚੇ ਸਨ ਤੇ ਭਾਵੇਂ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਦੇ ਵਿੱਚ ਆਉਣ ਵਾਲੇ ਦੂਜੇ ਬੱਚੇ ਸਨ ਅਸੀਂ ਅਕਸਰ ਇਸ ਗੱਲ ਨੂੰ ਆਖਦੇ ਹਾਂ ਕਿ ਅੱਜ ਕੱਲ ਦੀ ਪੇਰੈਂਟਿੰਗ ਪੜਿਆਂ ਲਿਖਿਆਂ ਦੀ ਪੇਰੈਂਟਿੰਗ ਹੈ ਪਰ ਉਹਨਾਂ ਨੇ ਤੇ ਕੋਈ ਸਪੈਸ਼ਲ ਕਿਤਾਬਾਂ ਵੀ ਨਹੀਂ ਸੀ ਪੜੀਆਂ ਤੇ ਨਾ ਕੋਈ ਸਪੈਸ਼ਲ ਕੋਰਸ ਕੀਤੇ ਸੀ ਵੀ ਐਦਾਂ ਪੇਰੈਂਟਿੰਗ ਕੀਤੀ ਜਾਂਦੀ ਹੈ ਤੇ ਐਦਾਂ ਕਾਉਂਸਲਿੰਗ ਲੈ ਲੈ ਕੇ ਗੱਲਾਂ ਸਿਖਾਈਆਂ ਜਾਂਦੀਆਂ ਨੇ ਕੁਝ ਨਹੀਂ ਸੀ ਕੀਤਾ ਉਹਨਾਂ ਨੇ ਨਾ ਅੱਜ ਦੇ ਵਾਂਗੂ ਸਕੂਲ ਸੀ ਪਰ ਕੁਦਰਤੀ ਤੌਰ ਦੇ ਉੱਤੇ ਜਿਹੜੀ ਬૌਧਿਕ ਗੱਲ ਜਿਹੜਾ ਜੀਵਨ ਸਾਹਿਬਜ਼ਾਦਿਆਂ ਦਾ ਘੜਿਆ ਗਿਆ ਹੈ ਗੁਰੂ ਸਹਿਬਾਨ ਦੇ ਪਰਿਵਾਰ ਦੇ ਜੀਆਂ ਦਾ ਘੜਿਆ ਗਿਆ ਹੈ ਉੱਥੋਂ ਇਹ ਗੱਲ ਸਾਡੇ ਸਾਹਮਣੇ ਆ ਜਾਂਦੀ ਹੈ ਕਿ ਗੁਰੂ ਘਰ ਦੇ ਵਿੱਚ ਉਸ ਵੇਲੇ ਜੀਵਨ ਨੂੰ ਘੜਨ ਦੀ ਸਿੱਖਿਆ ਸਭ ਤੋਂ ਉੱਤਮ ਨੰਬਰ ਦੇ ਉੱਤੇ ਹੈ ਸਭ ਤੋਂ ਪਹਿਲੇ ਨੰਬਰ ਦੇ ਉੱਤੇ ਹੈ ਅੱਜ ਕੱਲ ਅਸੀਂ ਇਸ ਗੱਲ ਦੇ ਵੱਲ ਬਹੁਤ ਜ਼ੋਰ ਦਿੰਨੇ ਹਾਂ ਕਿ ਸਾਡਾ ਬੱਚਾ ਪੜ੍ਹੇ ਪੜ੍ਹਨਾ ਚਾਹੀਦਾ ਹੈ ਪਰ ਜਿਹੜਾ ਦੂਜੇ ਪਾਸੇ ਜੀਵਨ ਦੀ ਤਿਆਰੀ ਵਾਲਾ ਪਾਸਾ ਹੈ ਵੀ ਉਹਦੀ ਜ਼ਿੰਦਗੀ ਕਿਵੇਂ ਦੀ ਹੋਣੀ ਚਾਹੀਦੀ ਹੈ ਉਹਨੂੰ ਜ਼ਿੰਦਗੀ ਦੇ ਬਾਰੇ ਸਮਝ ਕਿੰਨੀ ਹੋਣੀ ਚਾਹੀਦੀ ਹੈ ਉਹ ਸਾਡਾ ਲੈਵਲ ਬਹੁਤ ਨੀਵੇਂ ਪੱਧਰ ਦਾ ਹੈ ਅਸੀਂ ਸਾਰੀ ਹੀ ਜ਼ਿੰਮੇਵਾਰੀ ਸਕੂਲਾਂ ਦੇ ਉੱਤੇ ਸੁੱਟੀ ਹੋਈ ਹੈ ਸਕੂਲ ਫਿਰ ਜਿੰਨਾ ਕੋ ਸਿਖਾ ਸਕਦੇ ਨੇ ਉਹਨਾਂ ਕੋ ਸਿਖਾ ਦਿੰਦੇ ਨੇ ਕਿਉਂਕਿ ਇਹ ਚੀਜ਼ਾਂ ਪੇਪਰਾਂ ਦੇ ਵਿੱਚ ਤੇ ਨੰਬਰਾਂ ਦੇ ਵਿੱਚ ਆਉਂਦੀਆਂ ਹੀ ਨਹੀਂ ਵੀ ਤੁਸੀਂ ਮਾਂ ਪਿਓ ਦੀ ਰਿਸਪੈਕਟ ਨਹੀਂ ਕਰਦੇ ਤੇ ਤੁਹਾਡੇ ਨੰਬਰ ਕੱਟੇ ਜਾਣਗੇ ਕੋਈ ਫਰਕ ਨਹੀਂ ਪੈਂਦਾ ਇਹਨਾਂ ਗੱਲਾਂ ਦੇ ਨਾਲ ਉਹ ਫਿਰ ਇਸ ਕਰਕੇ ਸਾਨੂੰ ਵੀ ਲੱਗਦਾ ਹੈ ਕਿ ਬਹੁਤ ਪੜ੍ਹ ਪੜ੍ਹ ਲਿਖ ਗਏ ਨੇ ਪਰ ਉਹ ਪੜ੍ਹਾਈ ਲਿਖਾਈ ਸਿਰਫ ਜੀਵਨ ਦਾ ਇੱਕੋ ਹੀ ਪਾਸਾ ਉੱਚਾ ਕਰਦੀ ਪਈ ਹੈ ਸਾਡੇ ਦਿਮਾਗ ਦਾ ਸਾਡਾ ਬૌਧਿਕ ਲੈਵਲ ਤੇ ਉੱਚਾ ਕਰੀ ਜਾਂਦੀ ਹੈ ਪਰ ਸਾਡਾ ਸਮਝ ਦਾ ਲੈਵਲ ਬੜਾ ਥੱਲੇ ਕਰੀ ਜਾਂਦੀ ਹੈ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਇਸ ਗੱਲ ਨੂੰ ਸਭ ਤੋਂ ਵੱਡੇ ਤੌਰ ਦੇ ਉੱਤੇ ਮਨਾਇਆ ਗਿਆ ਹੈ ਕਿ ਜੀਵਨ ਦੀ ਕੋਈ ਵੀ ਘਟਨਾ ਹੈ ਜੋ ਜੀਵਨ ਇੱਥੇ ਆਇਆ ਹੈ ਉਹ ਅਜਾਈ ਨਹੀਂ ਗਵਾ ਦੇਣਾ ਚਾਹੀਦਾ ਅਜਾਈ ਨਾ ਜਾਵੇ ਉਹ ਜੀਵਨ ਸਾਹਿਬ ਜਾਦਿਆਂ ਨੇ ਜਾ ਕੇ ਫਤਿਹ ਬੁਲਾਈ ਹੈ ਤੇ ਇਹਦਾ ਮਤਲਬ ਹੈ ਕਿ ਉਹਨਾਂ ਦੀ ਹੋਂਦ ਦਾ ਅਹਿਸਾਸ ਉੱਥੇ ਕਿਵੇਂ ਹੈ ਇਸ ਅਸਥਾਨ ਦੇ ਉੱਤੇ ਸਭਾ ਦੇ ਵਿੱਚ ਸੁਚਾਨੰਦ ਵਰਗੇ ਬੈਠੇ ਹੋਏ ਨੇ ਇਸ ਸਭਾ ਦੇ ਵਿੱਚ ਹੋਰ ਬੰਦੇ ਬੈਠੇ ਹੋਏ ਨੇ ਸਾਹਿਬ ਜਾਦਿਆਂ ਨੂੰ ਪਹਿਲਾਂ ਹੀ ਸਭ ਤੋਂ ਇਹ ਗੱਲ ਆਖੀ ਗਈ ਕਿ ਜਿਸ ਸਤਿਗੁਰੂ ਦੀ ਦਿੱਤੀ ਹੋਈ ਤੁਸੀਂ ਫਤਿਹ ਬੁਲਾਉਂਦੇ ਹੋ ਤੁਹਾਡੇ ਉਸ ਪਿਤਾ ਨੂੰ ਖਤਮ ਕਰਕੇ ਚਮਕੌਰ ਦੀ ਗੜੀ ਦੇ ਵਿੱਚੋਂ ਤੇ ਉਹਨਾਂ ਦਾ ਜਿਹੜਾ ਸਿਰ ਹੈ ਉਹ ਦਿੱਲੀ ਦਰਬਾਰ ਦੇ ਵਿੱਚ ਪੇਸ਼ ਕਰਨ ਦੇ ਲਈ ਭੇਜ ਦਿੱਤਾ ਗਿਆ ਹੈ ਇਹ ਪਹਿਲਾ ਝੂਠ ਸਾਹਿਬ ਜਾਦੀਆਂ ਦੇ ਅੱਗੇ ਬੋਲਿਆ ਗਿਆ ਸੀ ਇਹਨੂੰ ਥੋੜਾ ਜਿਹਾ ਆਪਣੇ ਪਰਿਵਾਰਾਂ ਦੇ ਨਾਲ ਆਪਾਂ ਰਿਲੇਟ ਕਰਕੇ ਵੇਖ ਲਈਏ ਸਾਨੂੰ ਆਪਣੇ ਪਰਿਵਾਰ ਦੇ ਜੀਆਂ ਦੇ ਉੱਤੇ ਜਾਂ ਜਿਨ੍ਹਾਂ ਦੇ ਨਾਲ ਆਪਾਂ ਵਿਤਰਦੇ ਹਾਂ ਉਹਨਾਂ ਦੇ ਬੋਲਾਂ ਦੇ ਉੱਤੇ ਕਿੰਨਾ ਕੁ ਭਰੋਸਾ ਹੈ ਉਹਨਾਂ ਨੂੰ ਸਾਡੇ ਤੇ ਕਿੰਨਾ ਭਰੋਸਾ ਹੈ ਤੇ ਸਾਨੂੰ ਉਹਨਾਂ ਤੇ ਕਿੰਨਾ ਭਰੋਸਾ ਹੈ ਜੇਕਰ ਇਸ ਗੱਲ ਦੇ ਉੱਤੇ ਆਪਾਂ ਚੱਲਦੇ ਪਏ ਹਾਂ ਕਿ ਮੈਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਇੰਨੇ ਚਿਰ ਹੋ ਗਏ ਨੇ ਨਹੀਂ ਮਿਲਿਆ ਪਰ ਮੈਨੂੰ ਨਾ ਮਿਲਣ ਤੋਂ ਬਿਨਾ ਕਿਸੇ ਦੀ ਸੁਣੀ ਸੁਣਾਈ ਗੱਲ ਦੇ ਨਾਲੋਂ ਜ਼ਿਆਦਾ ਯਕੀਨ ਉਸ ਦੇ ਉੱਤੇ ਹੈ ਕਿਉਂਕਿ ਮੈਂ ਉਹਦੇ ਨਾਲ ਰਹਿ ਕੇ ਆਇਆ ਹਾਂ ਮੈਨੂੰ ਪਤਾ ਹੈ ਉਹ ਕਿਵੇਂ ਦਾ ਹੈ ਫਿਰ ਤੇ ਮੈਂ ਮੰਨਦਾ ਹਾਂ ਕਿ ਅਜੇ ਵਿਸ਼ਵਾਸ ਚੱਲਦਾ ਪਿਆ ਹੈ ਪਰਿਵਾਰ ਦੇ ਵਿੱਚ ਪਰ ਜੇਕਰ ਬੰਦਾ ਉਸ ਪਰਿਵਾਰ ਦੇ ਜੀ ਦੇ ਨਾਲੋਂ ਜਾਂ ਉਸ ਸਬੰਧੀ ਦੇ ਨਾਲੋਂ ਯਾਦਾ ਯਕੀਨ ਸੁਣੀ ਸੁਣਾਈ ਗੱਲ ਦੇ ਉੱਤੇ ਕਰਦਾ ਪਿਆ ਹੈ ਇਹਦਾ ਮਤਲਬ ਹੈ ਵਿਸ਼ਵਾਸ ਖਤਮ ਹੋ ਚੁੱਕਾ ਹੋਇਆ ਹੈ ਉਹ ਦੁਬਾਰਾ ਉਹ ਗੱਲ ਨਹੀਂ ਬਣੇਗੀ ਸਹਿਬ ਜਾਦਿਆਂ ਦੇ ਸਾਹਮਣੇ ਇਹੀ ਤੇ ਗੱਲ ਹੈ ਉਹਨਾਂ ਨੂੰ ਕਹਿੰਦੇ ਨੇ ਤੁਹਾਡੇ ਪਿਤਾ ਨੂੰ ਖਤਮ ਕਰ ਦਿੱਤਾ ਗਿਆ ਹੈ ਸਹਿਬ ਜਾਦੇ ਆਖਦੇ ਨੇ ਤੁਹਾਡੇ ਕੋਲੋਂ ਤੇ ਇਦਾਂ ਖਤਮ ਨਹੀਂ ਹੋਣਗੇ ਹੈ ਤੇ ਭੇਤ ਦੀ ਗੱਲ ਹੈ ਕਿ ਇੱਕ ਮਨ ਦੇ ਵਿੱਚ ਸ਼ੱਕ ਪਾ ਦੇਣਾ ਕਿ ਸ਼ਾਇਦ ਇਦਾਂ ਕਰ ਦਿੱਤਾ ਹੋਵੇਗਾ ਸਹਿਬ ਜਾਨ ਦੇ ਆਖਦੇ ਤੁਹਾਡੇ ਕੋਲੋਂ ਇਦਾਂ ਨਹੀਂ ਕੀਤਾ ਜਾਵੇਗਾ ਵਜ਼ੀਰ ਖਾਂ ਆਖਦਾ ਹੈ ਜੇਕਰ ਤੁਹਾਨੂੰ ਛੱਡ ਦਿੱਤਾ ਜਾਵੇ ਉਮਰਾਂ ਤੇ ਕੁਝ ਵੀ ਨਹੀਂ ਨੇ ਤੁਹਾਨੂੰ ਛੱਡ ਦਿੱਤਾ ਜਾਵੇ ਫਿਰ ਤੁਸੀਂ ਕੀ ਕਰੋਗੇ ਤੇ ਸਹਿਬ ਜਾਨਿਆਂ ਨੇ ਆਖਿਆ ਅਸੀਂ ਫੇਰ ਵੱਡੇ ਹੋਵਾਂਗੇ ਫੇਰ ਫੌਜਾਂ ਦਾ ਇਕੱਠੀਆਂ ਕਰਾਂਗੇ ਮੁਕਾਬਲਾ ਕਰਾਂਗੇ ਤੇ ਉਹ ਆਖਦੇ ਜੇ ਫਿਰ ਗ੍ਰਿਫਤਾਰ ਕਰ ਦਿੱਤਾ ਉਹ ਕਹਿੰਦੇ ਫਿਰ ਜੇ ਗ੍ਰਿਫਤਾਰ ਕਰ ਲਵੋਗੇ ਫਿਰ ਛੱਡ ਦੇਵੋਗੇ ਤੇ ਅਸੀਂ ਫਿਰ ਇਹ ਕੰਮ ਕਰਾਂਗੇ ਫਿਰ ਫੌਜਾਂ ਇਕੱਠੀਆਂ ਕਰਾਂਗੇ ਫਿਰ ਤੁਹਾਡਾ ਮੁਕਾਬਲਾ ਕਰਾਂਗੇ ਤੇ ਉਹ ਸਭਾ ਦੇ ਵਿੱਚ ਬੈਠੇ ਹੋਏ ਆਖਦੇ ਨੇ ਕਦੋਂ ਤੱਕ ਇਹ ਸਿਲਸਿਲਾ ਚੱਲੇਗਾ ਇਹ ਕਹਿੰਦੇ ਸਿਲਸਿਲਾ ਉਦੋਂ ਤੱਕ ਚੱਲਦਾ ਰਹੇਗਾ ਜਾਂ ਤੇ ਜਦੋਂ ਤੱਕ ਜ਼ੁਲਮ ਨਹੀਂ ਖਤਮ ਹੋ ਜਾਂਦਾ ਜਾਂ ਫਿਰ ਅਸੀਂ ਨਹੀਂ ਖਤਮ ਹੋ ਜਾਂਦੇ ਜਿਉਂਦਿਆਂ ਜੀ ਤੇ ਇਹ سلسلہ ਇਦਾਂ ਦਾ ਹੈ ਨਹੀਂ ਕਿ ਅਸੀਂ ਹਰ ਮੰਨ ਕੇ ਬੈਠ ਜਾਵਾਂਗੇ ਜਿਉਂਦਿਆਂ ਜੀ ਤੇ ਇਦਾਂ ਦੀ ਗੱਲ ਹੈ ਨਹੀਂ ਕਿ ਕਹਿ ਦੇਵਾਂ ਜੀ ਮੈਂ ਬੜਾ ਜ਼ੋਰ ਲਾ ਕੇ ਵੇਖ ਲਿਆ ਤੇ ਹੁਣ ਨਹੀਂ ਮੈਂ ਕੁਝ ਕਰਨਾ ਇਹ ਸਾਨੂੰ ਸਿਖਾਇਆ ਹੀ ਨਹੀਂ ਗਿਆ ਜਾਂ ਤੇ ਫਿਰ ਜ਼ੁਲਮ ਖਤਮ ਹੋਵੇਗਾ ਜਾਂ ਫਿਰ ਅਸੀਂ ਖਤਮ ਹੋਵਾਂਗੇ ਇਹ ਖੇਡ ਉਦੋਂ ਤੱਕ ਚੱਲਦੀ ਹੀ ਰਹਿਣੀ ਹੈ ਮਜ਼ੀਰ ਖਾਨ ਨੇ ਅਜੇ ਇੰਨੀਆਂ ਕੁ ਗੱਲਾਂ ਸੁਣੀਆਂ ਤੇ ਦੂਜੀ ਗੱਲ ਆਖੀ ਸੀ ਜੇਕਰ ਤੁਹਾਨੂੰ ਜ਼ਿੰਦਗੀ ਦੇ ਸਾਰੇ ਸੁੱਖ ਬਖਸ਼ ਦਿੱਤੇ ਜਾਣ ਐਸੀ ਤੇਜ਼ੀ ਲਈ ਅਸੀਂ ਦੌੜਦੇ ਹਾਂ ਸਮਿਤ ਮੇਰੇ ਅਸੀਂ ਕਿਸੇ ਨੂੰ ਨਹੀਂ ਆਖਦੇ ਵੀ ਮੈਂ ਕਿਨਾਂ ਦੀ ਉਹ ਸੁਖ ਲਈ ਦੌੜਦਾ ਸਾਰਿਆਂ ਨੂੰ ਸੁੱਖ ਚਾਹੀਦਾ ਹਜ਼ੂਰ ਆਖਦੇ ਹੁੰਦੇ ਨੇ ਸੁੱਖ ਕੋ ਮੰਗਾਏ ਸਭ ਕੋ ਦੁੱਖ ਨਾ ਮੰਗਾਏ ਕੋਈ ਕੌਣ ਦੁੱਖ ਦੀ ਅਰਦਾਸ ਕਰਦਾ ਵੀ ਮਹਾਰਾਜ ਮੈਨੂੰ ਦੁੱਖ ਦੇ ਸਾਰੇ ਸੁੱਖ ਹੀ ਮੰਗਦੇ ਹਾਂ ਅਸੀਂ ਉਹ ਆਖਦੇ ਨੇ ਸਾਡੇ ਕੋਲ ਸਾਰੀਆਂ ਤਾਕਤਾਂ ਨੇ ਸਭ ਜਾਦਿਆਂ ਨੂੰ ਬਚਨ ਹੋਇਆ ਜੇਕਰ ਚਾਹੁੰਦੇ ਜੇ ਤੇ ਸਾਰਾ ਸੁੱਖ ਤੁਹਾਡੇ ਸਾਹਮਣੇ ਪੇਸ਼ ਕਰ ਦਿੱਤਾ ਜਾ ਸਕਦਾ ਹੈ ਔਰ ਤਿਆਰੀ ਵੇਖੋ ਉਹਨਾਂ ਬੱਚਿਆਂ ਦੀ ਮਹਾਰਾਜ ਤੰਦਰੁਸਤੀਆਂ ਦੇਣ ਸਾਡਾ ਥੋੜਾ ਜਿਹਾ ਸਮਾਂ ਇਸ ਪਾਸੇ ਦੇ ਉੱਤੇ ਲਗਾਇਆ ਕਰੇ ਆਪਣੇ ਜੀਵਨ ਦੀ ਅਜੇ ਪਹਿਲਾਂ ਤਿਆਰੀ ਕਰ ਲਈਏ ਬਾਕੀ ਉਹਨਾਂ ਤੁਸੀਂ ਬਾਅਦ ਦੇ ਵਿੱਚ ਕਵਾਂਗੇ ਉਹ ਆਖਦੇ ਨੇ ਜਿਸ ਸੁੱਖ ਦੀ ਤੁਸੀਂ ਗੱਲ ਕਰਦੇ ਜੇ ਨਾ ਸਾਡੇ ਘਰ ਦੇ ਵਿੱਚ ਇਕੱਲਾ ਸੁੱਖ ਨਹੀਂ ਸੁਖਾਇਆ ਜਾਂਦਾ ਇਹ ਬੜਾ ਜੀਵਨ ਦਾ ਅਹਿਮ ਮਸਲਾ ਹੈ ਸਾਨੂੰ ਇਹੀ ਸਿਖਾ ਦਿੱਤਾ ਜਾਂਦਾ ਹੈ ਸੁੱਖ ਮੰਗੋ ਸੁੱਖ ਮੰਗੋ ਤੇ ਮੈਂ ਸਹਿਮਤ ਹਾਂ ਇਸ ਗੱਲ ਦੇ ਨਾਲ ਕਿ ਸੁੱਖ ਮੰਗਣਾ ਚਾਹੀਦਾ ਹੈ ਪਰ ਸਤਿਗੁਰੂ ਇਹਦੇ ਬਾਬਤ ਕੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਤੁਸੀਂ ਅੱਜ ਸੁੱਖ ਮੰਗਦੇ ਜੇ ਤੁਹਾਡਾ ਇਹੋ ਸੁੱਖ ਦੋਆਂ ਸਾਲਾਂ ਬਾਅਦ ਪੰਜਾਂ ਸਾਲਾਂ ਬਾਅਦ ਦੁੱਖ ਦੇ ਵਿੱਚ ਬਦਲ ਜਾਂਦਾ ਅ ਜਿੰਨੇ ਦੁੱਖ ਨੇ ਮੰਗ ਕੇ ਥੋੜਾ ਲਏ ਨੇ ਪਰ ਫਿਰ ਵੀ ਢੇਰੀਆਂ ਦੇ ਵਿੱਚ ਵੇਖਾਂਗੇ ਤੇ ਦੁੱਖ ਜ਼ਿਆਦਾ ਐ ਨੇ ਤੇ ਸੁੱਖ ਘਟਨੇ ਜੀਵਨ ਦੇ ਵਿੱਚ ਇਹ ਕਿਉਂ ਹੋਇਆ ਹੈ ਇਹ ਸਾਰੇ ਸੁੱਖ ਜਿਹੜੇ ਨੇ ਇਹ ਹੁਣ ਸਮਝ ਲਓ ਪਹਿਲਾਂ ਜਿਹੜੇ ਸੁੱਖ ਲੱਗਦੇ ਸੀ ਸਾਰੇ ਦੁੱਖ ਦੇ ਵਿੱਚ ਤਬਦੀਲ ਹੋ ਗਏ ਨੇ ਔਰ ਬੰਦੇ ਨੂੰ ਆਪਣੇ ਫੈਸਲੇ ਗਲਤ ਲੱਗਣ ਲੱਗ ਪੈਂਦੇ ਸਾਰੇ ਸੁੱਖ ਦੁੱਖ ਦੇ ਵਿੱਚ ਤਬਦੀਲ ਹੋ ਗਏ ਸੁੱਖ ਮੰਗਤ ਦੁੱਖ ਅੱਗੇ ਆਵੇ ਮੰਗਿਆ ਸੁੱਖ ਸੀ ਦੁੱਖ ਬਣ ਕੇ ਅੱਗੇ ਆ ਗਿਆ ਹਜ਼ੂਰ ਦੇ ਘਰ ਦੇ ਵਿੱਚ ਕਦੀ ਇਹ ਗੱਲ ਕਹੀ ਨਹੀਂ ਗਈ ਇਕੱਲਾ ਸੁੱਖ ਮੰਗੋ ਮਹਾਰਾਜ ਨੇ ਆਖਿਆ ਸੀ ਇਹ ਤੇ ਭਾਈ ਪਾਏ ਹੋਏ ਕੱਪੜੇ ਨੇ ਅੱਜ ਤੁਹਾਡੇ ਕੋਲ ਸੁੱਖ ਹੈ ਤੇ ਸ਼ੁਕਰ ਕਰੋ ਰੱਬ ਦਾ ਹੋ ਸਕਦਾ ਹੈ ਇਹ ਕੱਲ ਨੂੰ ਦੁੱਖ ਦੇ ਵਿੱਚ ਵੀ ਬਦਲ ਜਾਵੇ ਬਚਨ ਸੱਚੇ ਪਾਤਸ਼ਾਹ ਜੀ ਦੇ ਸੁੱਖ ਦੁੱਖ ਦੋਏਦਰ ਕੱਪੜੇ ਰਹਿ ਜਾਂਏ ਮਨੁੱਖ ਜਿਦਾਂ ਕੱਪੜੇ ਬਦਲੇ ਜਾਂਦੇ ਨੇ ਇਦਾਂ ਸੁੱਖ ਤੇ ਦੁੱਖ ਵੀ ਜੀਵਨ ਦੇ ਵਿੱਚ ਆਉਂਦੇ ਨੇ ਨਾ ਤੇ ਇਦਾਂ ਹੁੰਦਾ ਵੀ ਜੀਵਨ ਸਾਦਾ ਦੁਖੀ ਹੀ ਰਵੇ ਤੇ ਨਾ ਇਦਾਂ ਹੁੰਦਾ ਵੀ ਜੀਵਨ ਸਾਦਾ ਸੌਖਾ ਹੀ ਰਹਿ ਗਿਆ ਦੋਵੇਂ ਘਟਨਾ ਵਾਪਰਦੀਆਂ ਨੇ ਜੀਵਨ ਦੇ ਵਿੱਚ ਸਹਬ ਜੀ ਆਖਦੇ ਨੇ ਸਾਡੇ ਕਰਦੇ ਵਿੱਚ ਇਕੱਲਾ ਸੁੱਖ ਨਹੀਂ ਸਿਖਾਇਆ ਜਾਂਦਾ ਸਾਡੇ ਕਰਦੇ ਵਿੱਚ ਇਹ ਸਿਖਾਇਆ ਜਾਂਦਾ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੇ ਸੁਖ ਸੁਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਇਹ ਨਹੀਂ ਕਿ ਅਸੀਂ ਸੁੱਖਾਂ ਨੂੰ ਸਵੀਕਾਰ ਨਹੀਂ ਕਰਦੇ ਅਸੀਂ ਸੁੱਖ ਮਾਣਦੇ ਹਾਂ ਪਰ ਇਹਦਾ ਮਤਲਬ ਇਹ ਨਹੀਂ ਕਿ ਸਾਡਾ ਸੁੱਖਾਂ ਦੇ ਨਾਲ ਲਗਾਵ ਹੋ ਜਾਂਦਾ ਤੇ ਅਸੀਂ ਕਹਿੰਨੇ ਆ ਸੁੱਖ ਜ਼ਿੰਦਗੀ ਦੇ ਵਿੱਚੋਂ ਗਿਆ ਹੀ ਕਿਉਂ ਸਾਨੂੰ ਸਿਖਾਇਆ ਹੀ ਗਿਆ ਹੈ ਅੱਜ ਸੁੱਖ ਹੈ ਤੇ ਕੱਲ ਨੂੰ ਜੀਵਨ ਦੇ ਵਿੱਚ ਦੁੱਖ ਵੀ ਆ ਸਕਦਾ ਹੈ ਜੇ ਜੀਵਨ ਨੂੰ ਇਸ ਪਾਸੇ ਦੇ ਉੱਤੇ ਸਮਝਣਾ ਸ਼ੁਰੂ ਕਰਾਂਗੇ ਨਾ ਸਾਡੀਆਂ ਮੰਗਾਂ ਹੋਰ ਰੂਪ ਦੀਆਂ ਹੋ ਜਾਣਗੀਆਂ ਕਦੀ ਇਸ ਚੀਜ਼ ਨੂੰ ਸੋਚ ਕੇ ਵੇਖੀਏ ਅਸੀਂ ਜੀਵਨ ਨੂੰ ਸਵੀਕਾਰ ਘਟ ਕਰਦੇ ਹਾਂ ਉਹਦਾ ਵਿਰੋਧ ਜ਼ਿਆਦਾ ਕਰਦੇ ਹਾਂ ਸਾਹਿਬ ਜਦਿਆਂ ਨੇ ਆਖਿਆ ਤੁਸੀਂ ਕਹਿੰਦੇ ਜੋ ਸੁੱਖ ਦੇਣੇ ਨੇ ਸਾਨੂੰ ਸਿਰਫ ਇਹਨਾਂ ਦੱਸ ਦਿਓ ਤੁਸੀਂ ਤੇ ਇਸ ਸੁੱਖ ਨੂੰ ਮੰਨਦੇ ਪਏ ਜੇ ਤੁਹਾਡੀ ਜ਼ਿੰਦਗੀ 'ਚ ਕਿੰਨੇ ਕੁ ਸੁੱਖ ਨੇ ਸਾਡੇ ਨਾਲੋਂ ਵੱਧਤ ਔਖੇ ਤੇ ਤੁਸੀਂ ਹੋਵੇਗੇ ਜੀਵਨ ਦੇ ਵਿੱਚ ਆ ਜਿੰਨਿਆਂ ਨੇ ਸੁੱਖ ਮੰਗਿਆ ਹੈ ਇਹਨਾਂ ਦੇ ਜੀਵਨ ਦੇ ਵਿੱਚੋਂ ਪੜ੍ਹ ਕੇ ਵੇਖ ਲਓ ਕਿੰਨੇ ਕੁ ਜਾਣੇ ਸਾਨੂੰ ਸੁਖੀ ਲੱਗਦੇ ਪਏ ਨੇ ਉਹਦਾ ਕਾਰਨ ਇਹ ਹੈ ਮਹਾਰਾਜ ਨੇ ਨਿਰਣਾ ਕਰ ਦਿੱਤਾ ਹੈ ਭਾਈ ਜੀਵਨ ਇਸ ਜ਼ਿੰਦਗੀ ਦੇ ਵਿੱਚ ਜਿੰਦਿਆਂ ਸੁਖੀ ਹੋ ਹੀ ਨਹੀਂ ਸਕਦਾ ਇਦੇ ਵਿੱਚ ਜਾਂ ਤੇ ਆਨੰਦ ਹੋਵੇਗਾ ਜਿਹੜਾ ਦੁੱਖ ਸੁੱਖ ਤੋਂ ਉੱਤੇ ਹੁੰਦਾ ਹੈ ਤੇ ਜਾਂ ਫਿਰ ਇਸ ਜੀਵਨ ਦੇ ਵਿੱਚ ਲੜਦੇ ਰਹੋ ਆਪਣੇ ਦੁੱਖਾਂ ਤੇ ਸੁੱਖਾਂ ਦੀ ਲੜਾਈ ਦੇ ਵਿੱਚ ਅੱਜ ਮੈਂ ਬੜਾ ਦੁਖੀ ਅੱਜ ਮੈਂ ਬੜਾ ਸੁਖੀ ਅੱਜ ਮੈਂ ਹੱਸ ਲਿਆ ਤੇ ਅੱਜ ਮੈਂ ਰੋ ਲਿਆ ਬਸ ਇਸੇ ਲੜਾਈਆਂ ਦੇ ਵਿੱਚ ਆਪਣੀ ਜ਼ਿੰਦਗੀ ਖਤਮ ਕਰਕੇ ਚਲੇ ਜਾਈਏ ਇਹ ਸਾਡੇ ਸਾਹਮਣੇ ਹੈ ਕਿ ਜੀਵਨ ਦਾ ਲੈਵਲ ਸਾਡਾ ਕੀ ਹੁੰਦਾ ਹੈ ਸਹਿਬਜ਼ਾਦਿਆਂ ਨੇ ਆਖਿਆ ਜਿੰਨੂੰ ਤੁਸੀਂ ਕਹਿੰਦੇ ਜੇ ਸੁਖ ਹੈ ਸਾਨੂੰ ਪਤਾ ਹੈ ਇਸ ਸੁੱਖ ਨੇ ਦੁੱਖ ਦੇ ਵਿੱਚ ਤਬਦੀਲ ਹੋਣਾ ਹੈ ਤੇ ਇਸ ਸੁੱਖ ਦੀ ਸਾਡੇ ਅੰਦਰ ਕੋਈ ਲਾਲਸਾ ਵੀ ਨਹੀਂ। ਵਜ਼ੀਰ ਖਾਂ ਆਖਦਾ ਹੈ ਤੁਹਾਨੂੰ ਖਤਮ ਵੀ ਕੀਤਾ ਜਾ ਸਕਦਾ ਹੈ। ਤੇ ਸਹਿਬ ਜੀ ਆਦੇ ਆਖਦੇ ਸੀ ਡਰਦੇ ਥੋੜਾ ਇਸ ਗੱਲ ਤੋਂ। ਸਾਨੂੰ ਪਤਾ ਹੈ ਸਾਡੇ ਨਾਲ ਕੀ ਵਾਪਰਨਾ ਹੈ। ਅਸੀਂ ਤਿਆਰ ਹਾਂ ਜੋ ਅਕਾਲ ਪੁਰਖ ਵਾਹਿਗੁਰੂ ਦੇ ਵੱਲੋਂ ਹੋਵੇਗਾ। ਸਾਡੇ ਘਰ ਦੇ ਵਿੱਚ ਸਾਨੂੰ ਸਿੱਖਿਆ ਇਹ ਦਿੱਤੀ ਗਈ ਹੈ ਅਸੀਂ ਤਿਆਰ ਹਾਂ ਉਸ ਗੱਲ ਨੂੰ ਸੁਣਨ ਦੇ ਲਈ। ਵਜ਼ੀਰ ਖਾਂ ਨੇ ਸੋਚਿਆ ਕਿ ਅਜੇ ਪਹਿਲਾ ਦਿਨ ਹੈ ਹੋ ਸਕਦਾ ਹੈ ਹੌਲੀ-ਹੌਲੀ ਸਾਡੀ ਗੱਲ ਨੂੰ ਮੰਨਣ ਦੇ ਲਈ ਤਿਆਰ ਹੋਣ ਹਾਲਾਂਕਿ ਪਹਿਲੇ ਦਿਨ ਹੀ ਸੁਖ ਪਹਿਲੇ ਦਿਨ ਹੀ ਡਰਾਵੇ ਤੇ ਪਹਿਲੇ ਦਿਨ ਹੀ ਭੇਦ ਲੈ ਕੇ ਬੇਵਿਸ਼ਵਾਸੇ ਕਰਨ ਦੀ ਕੋਸ਼ਿਸ਼ ਕਰ ਲਈ ਗਈ ਹੈ ਉਫ ਤੋਂ ਫਿਰ ਇਹ ਫੈਸਲਾ ਹੋਇਆ ਕਿ ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਭੇਜ ਦਿੱਤਾ ਜਾਵੇ ਰਾਤ ਨੂੰ ਠੰਡ ਬਰਦਾਸ਼ਤ ਕਰਨਗੇ ਮਾਨਸਿਕ ਤੌਰ ਦੇ ਉੱਤੇ ਬੰਦਾ ਜਦੋਂ ਟੁੱਟ ਜਾਂਦਾ ਹੈ ਫਿਰ ਵੱਡੇ ਵੱਡੇ ਗੱਲਾਂ ਮੰਨਣ ਦੇ ਲਈ ਤਿਆਰ ਹੋ ਜਾਂਦੇ ਨੇ ਸਭ ਤੋਂ ਪਹਿਲਾਂ ਕਾਰਨ ਹੀ ਇਹ ਹੁੰਦਾ ਹੈ ਕਿ ਮਨ ਤੋੜਿਆ ਜਾਵੇ ਹਜ਼ੂਰ ਦੀ ਬਾਣੀ ਦਾ ਬਚਨ ਮਨ ਨਾ ਡਿਗੈ ਤਨ ਕਾਹੇ ਕੋ ਡਰਾਏ ਮਨ ਨਹੀਂ ਨਾ ਡਿਗਦਾ ਤੇ ਸਰੀਰ ਥੋੜਾ ਦਿਨ ਸਰਵਾਈਵ ਹੋਰ ਕਰ ਜਾਂਦਾ ਹੈ ਮਨ ਡਿਗ ਪੈਂਦਾ ਹੈ ਚੰਗਾ ਭਲਾ ਤਗੜਾ ਸਰੀਰ ਹੋਵੇ ਉਹ ਪਹਿਲਾਂ ਹੀ ਹਾਰ ਕੇ ਬੈਠਾ ਹੁੰਦਾ ਇਹਦੀ ਉਦਾਹਰਣ ਅਸੀਂ ਅਨੰਦਪੁਰ ਸਾਹਿਬ ਦੇ ਵਿੱਚ ਵੇਖੀ ਸੀ ਦੁਨੀ ਚੰਦ ਦੀ ਮਹਾਰਾਜ ਨੇ ਆਖਿਆ ਸਾਡੇ ਕੋਲ ਵੀ ਹਾਥੀ ਹੈ ਤਾਂ ਜਦੋਂ ਭਾਈ ਦੁਨੀ ਚੰਦ ਦੇ ਕੋਲ ਗੱਲ ਗਈ ਤੇ ਭਾਈ ਦੁਨੀ ਚੰਦ ਕਹਿੰਦਾ ਬੰਦਾ ਹਾਥੀਆਂ ਦਾ ਮੁਕਾਬਲਾ ਕਿਦਾਂ ਕਰ ਸਕਦਾ ਹੈ ਮਨ ਡਿਗ ਪਿਆ ਹੈ ਬਸ ਉਹ ਮਨ ਡਿਗਦਾ ਹੈ ਸਭ ਤੋਂ ਪਹਿਲਾਂ ਔਰ ਗੁਰਬਾਣੀ ਹੈ ਕੀ ਹੈ ਜੋ ਮੰਦਰ ਕੋ ਥਮੈ ਥੰਮੰਤਿਓ ਗੁਰਕਾ ਸ਼ਬਦ ਮਨੈ ਅਸਥੰ ਮਨ ਨੂੰ ਥਮ ਦੇਣ ਵਾਲਾ ਹੈ ਗੁਰਬਾਣੀ ਦਾ ਕੰਮ ਵੀ ਮਨ ਕਿੱਡਾ ਤਗੜਾ ਬਣਾ ਲੈਂਦੇ ਹਾਂ ਅਸੀਂ ਵੀ ਆ ਚੀਜ਼ਾਂ ਜਿਹੜੀਆਂ ਨੇ ਅਸੀਂ ਅਜੇ ਗੁਰਬਾਣੀ ਨੂੰ ਇਸ ਪਾਸੇ ਤੋਂ ਪੜ੍ਹਨਾ ਸਮਝਣਾ ਹੀ ਸ਼ੁਰੂ ਨਹੀਂ ਕੀਤਾ ਅਸੀਂ ਅਜੇ ਬਖਸ਼ਲੇ ਸੱਚੇ ਪਾਤਸ਼ਾਹ ਅਸੀਂ ਅਜੇ ਮਨ ਨੂੰ ਮੋਟਾ ਕਰਨ ਵਾਲਾ ਕੰਮ ਕਰਦੇ ਹਾਂ ਅਜੇ ਮਨ ਨੂੰ ਆਸਰਾ ਦੇਣ ਦਾ ਕੰਮ ਨਹੀਂ ਕਰਦੇ ਮਨ ਨੂੰ ਡੇਗਣ ਦੀਆਂ ਕੋਸ਼ਿਸ਼ਾਂ ਨੇ ਸਹਬਜ਼ਾਦਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ ਮਾਤਾ ਗੁਜਰੀ ਜੀ ਦੇ ਕੋਲ ਹੁਣ ਉਸ ਵੇਲੇ ਇਕੱਲੇ ਨੇ ਅਜੇ ਮਾਤਾ ਜੀ ਜਦੋਂ ਸਹਬਜ਼ਾਦਿਆਂ ਨੂੰ ਮਿਲੇ ਮਨ ਦੇ ਵਿੱਚ ਇੱਕ ਤੇ ਇਸ ਗੱਲ ਦਾ ਹੌਂਸਲਾ ਹੈ ਕਿ ਇੱਕ ਵਾਰ ਬੱਚੇ ਮੇਰੇ ਕੋਲ ਆ ਗਏ ਨੇ ਪਰ ਦੂਜੇ ਨੰਬਰ ਦੇ ਉੱਤੇ ਇਹ ਵੀ ਗੱਲ ਤੇ ਨਾਲ ਹੈ ਮਾਤਾ ਨੇ ਪੁੱਛਿਆ ਕਿ ਸਭਾ ਦੇ ਵਿੱਚ ਵਾਪਰਿਆ ਕੀ ਤੁਹਾਡੇ ਨਾਲ ਬੱਚਿਆਂ ਨੇ ਆਖਿਆ ਸਾਨੂੰ ਡਰਾਵੇ ਦਿੱਤੇ ਗਏ ਸਾਨੂੰ ਲਾਲਚ ਵੀ ਦਿੱਤੇ ਗਏ ਨੇ ਸਾਨੂੰ ਸੁੱਖ ਵੀ ਦਿੱਤਾ ਗਿਆ ਹੈ ਪਰ ਸਾਡੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸਿੱਖਿਆ ਹੈ ਮੈਂ ਇਹ ਨਹੀਂ ਕਹਿ ਰਿਹਾ ਕਿ ਅਸੀਂ ਕਿਸੇ ਨੂੰ ਸੁਣਾਉਣ ਦੇ ਖਾਤਰ ਇੰਨਾ ਘਟਨਾਵਾਂ ਨੂੰ ਕਹਿੰਨੇ ਹਾਂ ਪਰ ਘਟੋ ਘਟ ਆਪਣੇ ਬੱਚਿਆਂ ਨੂੰ ਜ਼ਿੰਦਗੀ ਦੇ ਸਟਰਗਲ ਦੇ ਬਾਰੇ ਜ਼ਿੰਦਗੀ ਦੇ ਦੁੱਖ ਦੇ ਬਾਰੇ ਜ਼ਿੰਦਗੀ ਦੀਆਂ ਸੱਚਾਈਆਂ ਦੇ ਬਾਰੇ ਸਾਨੂੰ ਦੱਸਣਾ ਜ਼ਰੂਰ ਚਾਹੀਦਾ ਹੈ ਹਰ ਇੱਕ ਨੂੰ ਆਪਣੇ ਆਪਣੇ ਬੱਚੇ ਪਿਆਰੇ ਨੇ ਅਸੀਂ ਚਾਹੁੰਦੇ ਹਾਂ ਸੁੱਖ ਦਈਏ ਉਹਨਾਂ ਨੂੰ ਪਰ ਜਦੋਂ ਬੱਚੇ ਸਾਡੇ ਬਾਹਰ ਕੰਮਾਂ ਦੇ ਉੱਤੇ ਜਾਂਦੇ ਨੇ ਫਿਰ ਪਤਾ ਲੱਗਦਾ ਵੀ ਜ਼ਿੰਦਗੀ ਕਿੰਨੀ ਔਖੀ ਹੈ ਫਿਰ ਪਤਾ ਲੱਗਦਾ ਵੀ ਕਿਹਦੀਆਂ ਕਿਹਦੀਆਂ ਗੱਲਾਂ ਸਾਨੂੰ ਸੁਣਨੀਆਂ ਪੈਂਦੀਆਂ ਨੇ ਜੇ ਜੀਵਨ ਦੇ ਵਿੱਚ ਪਹਿਲਾਂ ਹੀ ਇਸ ਗੱਲ ਦੀ ਤਿਆਰੀ ਹੋਵੇਗੀ ਤੇ ਮਾਨਸਿਕ ਤੌਰ ਦੇ ਉੱਤੇ ਤਿਆਰ ਹੋ ਕੇ ਦੁਨੀਆ ਦੇ ਵਿੱਚ ਜਾਵਾਂਗੇ ਨਹੀਂ ਤੇ ਫਿਰ ਬਹੁਤਿਆਂ ਦੇ ਨਾਲ ਇਦਾਂ ਹੁੰਦਾ ਹੈ ਪੀ ਘਰ ਦੇ ਵਿੱਚ ਮਹਾਰਾਜੇ ਹੁੰਦੇ ਹਾਂ ਤੇ ਬਾਹਰ ਜਾਂਦਿਆਂ ਜਦੋਂ ਦੋ ਚਾਰ ਗੱਲਾਂ ਸੁਣਨੀਆਂ ਪੈਂਦੀਆਂ ਫਿਰ ਆਪਾਂ ਕਹਿੰਨੇ ਆਪਾਂ ਤਾਂ ਕਿਸੇ ਦੀ ਗੱਲ ਹੀ ਨਹੀਂ ਸੀ ਸੁਣੀ ਫਿਰ ਪਤਾ ਲੱਗਦਾ ਵੀ ਜ਼ਿੰਦਗੀ ਚ ਕਿਸ ਭਾਅ ਵੇਖਦੀਆਂ ਨੇ ਇਹ ਨਾਲ-ਨਾਲ ਸਮਝਣ ਦੀਆਂ ਗੱਲਾਂ ਨੇ ਮੈਂ ਨਹੀਂ ਕਹਿੰਦਾ ਕਿ ਐਵੇਂ ਕਿਸੇ ਦੀਆਂ ਗੱਲਾਂ ਸੁਣੀ ਜਾਈਏ ਪਰ ਮੈਂ ਨਾਲ ਕਹਿ ਰਿਹਾ ਜ਼ਿੰਦਗੀ ਦੀ ਇੱਕ ਸਚਾਈ ਵੀ ਤੇ ਹੈ ਸਾਨੂੰ ਸਾਰਿਆਂ ਨੂੰ ਜਿਣੀ ਪੈਂਦੀ ਹੈ ਉਹ ਉਹ ਵੀ ਨਾਲ ਸਾਡੇ ਪਤਾ ਹੋਵੇ ਸਹਿਬ ਜੀ ਆਦਿਆਂ ਨੇ ਆਖਿਆ ਸਾਨੂੰ ਬੜਾ ਡਲੌਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਸਾਡੇ ਸਾਹਮਣੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸਿੱਖਿਆ ਨਾਲ ਚੱਲਦੀ ਹੈ ਸਾਡੇ ਸਾਹਮਣੇ ਤੁਹਾਡੀਆਂ ਸਿੱਖਿਆਵਾਂ ਨਾਲ ਚੱਲਦੀਆਂ ਰਹੀਆਂ ਨੇ ਵੱਡਿਆਂ ਦਾ ਫਰਜ਼ ਵੀ ਇਸ ਪਾਸੇ ਦੇ ਉੱਤੇ ਹੈ ਜਿਵੇਂ ਦੇਖੋ ਇਹਨਾਂ ਘਟਨਾਵਾਂ ਨੂੰ ਤੇ ਅਸੀਂ ਵਿਚਾਰ ਹੀ ਲੈਣਾ ਹੈ ਪਰ ਮੈਂ ਨਾਲ ਇਸ ਕਰਕੇ ਕਹਿ ਰਿਹਾ ਹਾਂ ਐਵੇਂ ਨਾ ਜ਼ਿੰਦਗੀ ਦੇ ਵਿੱਚ ਇੰਨੀ ਜਲਦੀ ਹਾਰ ਜਾਇਆ ਕਰੀਏ ਆਪਣੇ ਆਪ ਨੂੰ ਸੋਚ ਕੇ ਵੀ ਤੇ ਵੇਖੀਏ ਅਸੀਂ ਕਿੱਥੇ ਇੱਕ ਜੇ ਸਟੈਂਡ ਕਰਦੇ ਹਾਂ ਤੇ ਗੱਲਾਂ ਕਿੰਨਾਂ ਦੀਆਂ ਸੁਣਦੇ ਹਾਂ ਗੱਲਾਂ ਕਿੰਨਾਂ ਦੀਆਂ ਕਰਦੇ ਹਾਂ ਹੋਸ਼ਿਆਂ ਨੂੰ ਸੁਣਾਂਗੇ ਹੋਸ਼ੇ ਹੋ ਜਾਵਾਂਗੇ ਨਿੱਕਿਆਂ ਨੂੰ ਸੁਣਾਂਗੇ ਛੋਟਿਆਂ ਨੂੰ ਸੁਣਾਂਗੇ ਛੋਟੇ ਹੁੰਦੇ ਜਾਵਾਂਗੇ ਵੱਡਿਆਂ ਨੂੰ ਸੁਣਾਂਗੇ ਹੌਲੀ-ਹੌਲੀ ਜੀਵਨ ਦਰਿਆ ਬਣ ਜਾਂਦਾ ਹੁੰਦਾ ਬਸ ਇਹ ਹੈ ਕਿੰਨਾ ਦੇ ਕੋਲ ਬੈਠਦੇ ਆ ਉਹਨਾਂ ਵਰਗੇ ਹੋ ਜਾਂਦੇ ਆ ਅਸੀਂ ਅਕਸਰ ਗੁਰਬਾਣੀ ਦੇ ਵਿੱਚੋਂ ਗੱਲ ਪੜ੍ਹਦੇ ਹਾਂ ਸਹਿਬ ਜੀ ਆਦਾ ਬਾਬਾ ਜੋਰਾਵਰ ਸਿੰਘ ਦੇ ਬਾਬਾ ਫਤਿਹ ਸਿੰਘ ਜੀ ਦੇ ਦੋਵਾਂ ਦੇ ਮਾਤਾ ਜੀ ਢੜਾਈ ਕਰ ਚੁੱਕੇ ਸਨ ਮਾਤਾ ਜੀਤਾਂ ਜੀ ਢੜਾਈ ਕਰ ਚੁੱਕੇ ਸਨ ਇਸ ਕਰਕੇ ਜਾਦਾ ਸਮਾਂ ਮਾਤਾ ਗੁਜਰੀ ਜੀ ਦੇ ਨਾਲ ਬਤੀਤ ਹੁੰਦਾ ਸੀ ਔਰ ਮਾਤਾ ਗੁਜਰੀ ਉਹ ਨੇ ਜਿਨ੍ਹਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੋਂ ਲੈ ਕੇ ਤੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਮੇਂ ਤੱਕ ਗੁਰੂ ਘਰ ਦੇ ਵਿੱਚ ਆਪਣਾ ਜੀਵਨ ਬਤੀਤ ਕੀਤਾ ਹੈ ਜੀਵਨ ਦੀਆਂ ਕਿੰਨਾ ਘਟਨਾਵਾਂ ਨੂੰ ਸਤਿਗੁਰੂ ਉਹਨਾਂ ਦੇ ਸਾਹਮਣੇ ਵਿਚਰਦੇ ਨੇ ਸਤਿਗੁਰੂ ਉਹਨਾਂ ਦੇ ਸਾਹਮਣੇ ਬਦਲਦੇ ਰਹੇ ਨੇ ਉਹਨਾਂ ਨੇ ਜੀਵਨ ਨੂੰ ਵਿਚਾਰਿਆ ਹੈ ਉਹਨਾਂ ਨੇ ਸਾਰੀਆਂ ਘਟਨਾਵਾਂ ਨੂੰ ਵੇਖਿਆ ਤੇ ਜਦੋਂ ਉਹ ਮਾਤਾ ਆਪਣੇ ਬੱਚਿਆਂ ਨੂੰ ਸਿੱਖਿਆ ਦਿੰਦੀ ਹੋਵੇਗੀ ਉਸ ਸਿੱਖਿਆ ਦਾ ਲੈਵਲ ਕੀ ਹੁੰਦਾ ਹੋਵੇਗਾ ਇਹ ਨਹੀਂ ਮੈਂ ਫੇਰ ਦੁਹਰਾ ਰਿਹਾ ਹਾਂ ਕਿ ਇਹਨਾਂ ਨੂੰ ਆਪਾਂ ਆਪਣੀ ਜ਼ਿੰਮੇਵਾਰੀ ਦੇ ਵਿੱਚ ਸਮਝੀਏ ਜੋ ਸਕੂਲਾਂ ਨੇ ਸਿਲੇਬਸ ਦੇ ਵਿੱਚ ਹੈ ਉਹ ਤੇ ਪੜਾਈ ਦੇਣਾ ਹੈ ਉਹਨਾਂ ਨੇ ਨੰਬਰ ਵੀ ਲੈ ਆਉਣੇ ਨੇ ਕਿਉਂਕਿ ਅਸੀਂ ਫੀਸ ਪੇ ਕਰਦੇ ਹਾਂ ਇਸ ਚੀਜ਼ ਦੇ ਲਈ ਪਰ ਜਿਹੜੀਆਂ ਚੀਜ਼ਾਂ ਸਕੂਲਾਂ ਨੇ ਨਹੀਂ ਦੱਸਣੀਆਂ ਸਾਨੂੰ ਵੀ ਪਤਾ ਹੈ ਕੀ ਨਹੀਂ ਦੱਸਦੇ ਉਹ ਜਿਹੜੀਆਂ ਚੀਜ਼ਾਂ ਉਹ ਦੱਸ ਵੀ ਨਹੀਂ ਸਕਦੇ ਤੇ ਦੱਸਦੇ ਵੀ ਨਹੀਂ ਨੇ ਕਿਉਂਕਿ ਉਹਨਾਂ ਦੇ ਕੋਲ ਸਮਾਂ ਨਹੀਂ ਹੈ ਇਹਨਾਂ ਚੀਜ਼ਾਂ ਨੂੰ ਦੱਸਣ ਦਾ ਉਹਦੇ ਲਈ ਅਸੀਂ ਘਰ ਦੇ ਵਿੱਚ ਕੀ ਤਿਆਰੀ ਕਰਦੇ ਪਏ ਹਾਂ ਉਹਦੇ ਲਈ ਅਸੀਂ ਕਿੰਨਾ ਕਿਸ ਪਾਸੇ ਦੇ ਉੱਤੇ ਟਾਈਮ ਦਿੰਨੇ ਹਾਂ ਸਮਾਂ ਦਿੰਨੇ ਹਾਂ ਇਹ ਸਾਡੇ ਸਾਰਿਆਂ ਦਾ ਪਹਿਲਾ ਫਰਜ਼ ਹੈ ਇਹਨੂੰ ਵੇਖੀਏ ਜਰਾ ਆਪਣੇ ਆਪਣੇ ਜੀਵਨ ਨੂੰ ਸਾਬ ਜਦੇ ਆਖਦੇ ਨੇ ਤੁਹਾਡੇ ਨਾਲ ਸਾਡੇ ਨਾਲ ਤੁਹਾਡੀ ਸਿੱਖਿਆ ਸੀ ਜਿਹਦੇ ਕਰਕੇ ਅਸੀਂ ਤੁਰ ਪਏ ਹਾਂ ਸਾਨੂੰ ਫਰਕ ਨਹੀਂ ਪਿਆ ਉਹਨਾਂ ਦੀਆਂ ਗੱਲਾਂ ਦਾ ਠੰਡੇ ਬੁਰਜ ਦੇ ਵਿੱਚ ਬਿਨਾ ਕਿਸੇ ਵੱਡੇ ਆਸਰੇ ਦੇ ਰਾਤ ਕੱਟੀ ਹੈ ਜਿੰਨੀ ਜਲਦੀ ਅਸੀਂ ਕਹਿ ਦਿੰਨੇ ਹਾਂ ਕਿ ਰਾਤ ਕੱਟੀ ਹੈ ਇਸ ਚੀਜ਼ ਨੂੰ ਥੋੜਾ ਜਿਹਾ ਜੀਵਨ ਦੇ ਵਿੱਚ ਸੋਚ ਕੇ ਵੇਖੀਏ ਤੇ ਫਿਰ ਸਾਡੇ ਸਾਹਮਣੇ ਗੱਲ ਪਤਾ ਲੱਗੇਗੀ ਆਪ ਬੰਦ ਦੀਵਾਰਾਂ ਦੇ ਵਿੱਚ ਬੈਠੇ ਹਾਂ ਤੇ ਸਾਨੂੰ ਹਵਾ ਦੀ ਰੋਕ ਹੋ ਜਾਂਦੀ ਹੈ ਮਨਮਰਜ਼ੀ ਦੇ ਕੱਪੜੇ ਪਾ ਕੇ ਬੈਠਦੇ ਹਾਂ ਕੋਈ ਤੰਗੀ ਨਹੀਂ ਕੋਈ ਚਿੰਤਾ ਨਹੀਂ ਪਰ ਇਸੇ ਵੇਲੇ ਕਿਤੇ ਸਾਨੂੰ ਬਾਹਰ ਬੈਠਣਾ ਪੈ ਜਾਵੇ ਔਰ ਸਰੀਰ ਨੂੰ ਭੁੱਖ ਵੀ ਲੱਗੀ ਹੋਵੇ ਤੇ ਇਹ ਵੀ ਨਾ ਪਤਾ ਹੋਵੇ ਕਿ ਸਵੇਰ ਵੇਲੇ ਜ਼ਿੰਦਗੀ ਸਾਡੇ ਹੱਥ ਦੇ ਵਿੱਚ ਹੋਣੀ ਵੀ ਹੈ ਕਿ ਨਹੀਂ ਤੇ ਅੱਗੋਂ ਇਹ ਵੀ ਨਹੀਂ ਪਤਾ ਕਿ ਸਾਡੇ ਨਾਲ ਸਲੂਕ ਕਿਦਾਂ ਦਾ ਕਰ ਦਿੱਤਾ ਜਾਣਾ ਹੈ ਰਾਤ ਨੂੰ ਕਿਸੇ ਨੇ ਸਾਡੀ ਸਾਰ ਲੈਣੀ ਹੈ ਕਿ ਨਹੀਂ ਲੈਣੀ ਫਿਰ ਪਤਾ ਲੱਗਦਾ ਵੀ ਜ਼ਿੰਦਗੀ ਦੇ ਵਿੱਚ ਅਸਲ ਦੇ ਵਿੱਚ ਦੁੱਖ ਹੁੰਦਾ ਕੀ ਹੈ ਮੈਂ ਇੱਕ ਬੇਨਤੀ ਕੀਤੀ ਸੀ ਸਵੇਰੇ ਔਰ ਲਗਭਗ ਪਿਛਲੇ ਦਿਨਾਂ ਤੋਂ ਇਹ ਕਹਿ ਰਿਹਾ ਹਾਂ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਮੇਰੀ ਜ਼ਿੰਦਗੀ ਸਭ ਤੋਂ ਵੱਡੀ ਦੁੱਖ ਦੁੱਖ ਵਾਲੀ ਹੈ ਦੁਨੀਆਂ ਤੇ ਦੁਖੀ ਬੰਦਾ ਹੀ ਮੈਂ ਰਹਿ ਗਿਆ ਸਤਿਗੁਰੂ ਦੇ ਕੋਲੋਂ ਅਰਦਾਸ ਕਰਿਆ ਕਰੀਏ ਮਹਾਰਜ ਚੜ੍ਹਦੀ ਕਲਾ ਬਖਸ਼ੇ ਸਹਿਬ ਜਦਿਆਂ ਦੀ ਜ਼ਿੰਦਗੀ ਨੂੰ ਸੋਚ ਕੇ ਵੇਖੀਏ ਨਾ ਤੇ ਜਿਸ ਤਰ੍ਹਾਂ ਕੁਮੇ 마ਸ਼ਕੀ ਦੇ ਘਰ ਦੇ ਵਿੱਚ ਪਹਿਲੀ ਰਾਤ ਉਹਨਾਂ ਨੇ ਕੱਟੀ ਸੀ ਤੇ ਇੰਜ ਲੱਗਦਾ ਹੈ ਬੜੀ ਔਖੀ ਰਾਤ ਅਨੰਤਪੁਰ ਸਾਹਿਬ ਤੋਂ ਸਿੱਧੀ ਰਾਤ ਇੱਕ ਝੌਂਪੜੀ ਦੇ ਵਿੱਚ ਕੱਟਣੀ ਪੈ ਜਵੇ ਇੰਜ ਲੱਗਦਾ ਹੈ ਨਹੀਂ ਜੀ ਕੁੰਮੇ ਮਾਸ਼ਕੀ ਵਾਲੀ ਰਾਤ ਬੜੀ ਔਖੀ ਹੈ ਅਗਲੀ ਰਾਤ ਆਈ ਉਹ ਜਿਹੜੀ ਸੀ ਉਹ ਬਾਹਰ ਤਲਾ ਦੇ ਕੰਡੇ ਦੇ ਉੱਤੇ ਕੱਟੀ ਉੱਚ ਜਿਹੜੀ ਝੌਂਪੜੀ ਹੈ ਉਰੋਂ ਤੋਂ ਵੀ ਅਗਲਾ ਸਮਾਂ ਆ ਜਾਂਦਾ ਪਹਿਲਾਂ ਤਾਂ ਝੌਂਪੜੀ ਤੇ ਹੈ ਅਗਲੀ ਰਾਤ ਇਦਾਂ ਦੀ ਆ ਜਾਂਦੀ ਇਹ ਝੌਂਪੜੀ ਵੀ ਨਹੀਂ ਹੈ ਖੁੱਲੇ ਦੇ ਵਿੱਚ ਸੌਣਾ ਪੈਂਦਾ ਹੈ ਉਤੋਂ ਅਗਲੀ ਰਾਤ ਆ ਜਾਂਦੀ ਹੈ ਸਵੇਰੇ ਉੱਠ ਜੇ ਗ੍ਰਿਫਤਾਰੀ ਹੋ ਜਾਂਦੀ ਹੈ ਇੰਜ ਲੱਗਦਾ ਵੀ ਨਹੀਂ ਇਹ ਜੋ ਤੋਂ ਪਿਛਲੀ ਰਾਤ ਬੜੀ ਔਖੀ ਸੀ ਅਗਲੀ ਉਹਦੇ ਤੋਂ ਵੀ ਔਖੀ ਆ ਜਾਂਦੀ ਹੈ ਇੰਜ ਲੱਗਦਾ ਜੀ ਗੰਗੂ ਦੇ ਘਰ ਦੇ ਵਿੱਚ ਰਾਤ ਬੜੀ ਔਖੀ ਹੋਵੇਗੀ ਮਰਿੰਡੇ ਥਾਣੇ ਦੇ ਵਿੱਚ ਉਹਦੇ ਤੋਂ ਵੀ ਔਖੀ ਹੋ ਜਾਂਦੀ ਹੈ ਇੰਜ ਲੱਗਦਾ ਮਰਿੰਡੇ ਥਾਣੇ ਦੇ ਵਿੱਚ ਰਾਤ ਬੜੀ ਔਖੀ ਹੈ ਸਵੇਰ ਦਾ ਸਮਾਂ ਆਉਂਦਾ ਹੈ ਸਰੰਦ ਪਚਾ ਦਿੱਤੇ ਜਾਂਦੇ ਨੇ ਸਾਰੀ ਰਾਤ ਠੰਡੇ ਬੁਰਜ ਦੇ ਵਿੱਚ ਕੱਟਣੀ ਪੈਂਦੀ ਹੈ ਇਹ ਮਰਿੰਡੇ ਥਾਣੇ ਵਾਲੀ ਰਾਤ ਨਾਲੋਂ ਵੀ ਔਖੀ ਰਾਤ ਹੈ ਸਾਨੂੰ ਆਪਣੇ ਜੀਵਨ ਚ ਇੰਜ ਲੱਗਦਾ ਨਾ ਨਹੀਂ ਇਹ ਤੋਂ ਵੱਧ ਦੁੱਖ ਨਹੀਂ ਇਦ ਹੁਣ ਕਿਤੇ ਜੀਵਨ ਦੇ ਵਿੱਚ ਚੰਗੀ ਗੱਲ ਆਵੇਗੀ ਹੁਣ ਮੇਰੇ ਜੀਵਨ ਦੇ ਵਿੱਚ ਸੁੱਖ ਆ ਜਾਵੇਗਾ ਆਸ ਸਾਰਿਆਂ ਨੂੰ ਰੱਖਣੀ ਚਾਹੀਦੀ ਹੈ ਪਰ ਨਾਲ ਇਸ ਚੀਜ਼ ਦਾ ਵੀ ਧਿਆਨ ਰੱਖੀਏ ਮਹਾਰਜ ਕਦੀ ਵੀ ਐਡੀ ਵੱਡੀ ਪ੍ਰੀਖਿਆ ਪਾਉਂਦਾ ਹੀ ਨਹੀਂ ਜਿਹੜੀ ਅਸੀਂ ਹੱਲ ਨਾ ਕਰ ਸਕੀਏ ਉਹ ਇਹਨਾਂ ਤੋੜਦਾ ਹੀ ਨਹੀਂ ਜਿਹਨਾਂ ਅਸੀਂ ਦੁਬਾਰਾ ਜੋੜ ਨਾ ਸਕੀਏ ਇਹ ਜੀਵਨ ਸਾਰਿਆਂ ਦੇ ਨਾਲ ਵਾਪਰਦਾ ਹੈ ਔਰ ਇਹੀ ਤੇ ਮੰਨ ਦਾ ਬਣਾਉਣਾ ਹੈ ਰਾਤ ਸਾਬ ਜਾਦਿਆਂ ਨੇ ਕੱਟੀ ਸਵੇਰ ਦਾ ਵੇਲਾ ਹੋਇਆ ਦੁਬਾਰਾ ਫਿਰ ਕਚੈਰੀ ਦੇ ਵਿੱਚ ਪੇਸ਼ ਹੋਣ ਦੀ ਗੱਲ ਆ ਗਈ ਹੁਣ ਉਸ ਸਭਾ ਦੇ ਵਿੱਚ ਲਗਭਗ ਉਹ ਚੌਧਰੀ ਉਹ ਸਰਦਾਰ ਵੀ ਆ ਕੇ ਬੈਠਣੇ ਸ਼ੁਰੂ ਹੋ ਗਏ ਜਿਹੜੇ ਅਜੇ ਚਮਕੌਰ ਸਾਹਿਬ ਦੀ ਜੰਗ ਤੋਂ ਵੇਲੇ ਹੋ ਕੇ ਆਏ ਨੇ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਫੜਨ ਦੇ ਲਈ ਸੀ ਪਰ ਸੱਚੇ ਪਾਤਸ਼ਾਹ ਜੀ ਨਿਕਲ ਗਏ ਉਹਨਾਂ ਦੇ ਹੱਥ ਦੇ ਵਿੱਚ ਨਹੀਂ ਆਏ ਤੇ ਹੁਣ ਜਿਹੜੇ ਸਭਾ ਦੇ ਵਿੱਚ ਸਰਹੰਦ ਆ ਕੇ ਸਾਰੇ ਬੈਠੇ ਹੋਏ ਨੇ ਇਸ ਸਭਾ ਦੇ ਵਿੱਚ ਸਹਿਬਜ਼ਾਦਿਆਂ ਦੀ ਦੂਸਰੀ ਪੇਸ਼ੀ ਕਹਿ ਲੋ ਦੂਸਰੀ ਹਾਜ਼ਰੀ ਹੈ ਗਿਆਨੀ ਸੂਰਜ ਸਿੰਘ ਸੀਤਲ ਉਹਨਾਂ ਨੇ ਇਸ ਗੱਲ ਨੂੰ ਲਿਖਿਆ ਕਿ ਝੁਕਾਉਣ ਦੀ ਖਾਤਰ ਸਹਬਜ਼ਾਦਿਆਂ ਦੇ ਲਈ ਉਹਨਾਂ ਨੇ ਸਪੈਸ਼ਲ ਜਿਹੜਾ ਕਚੈਰੀ ਦਾ ਵੱਡਾ ਦਰਵਾਜ਼ਾ ਸੀ ਉਹ ਬੰਦ ਕੀਤਾ ਸੀ ਛੋਟਾ ਇਸ ਕਰਕੇ ਖੁੱਲਿਆ ਹੈ ਕਿ ਜਿਹੜਾ ਸਿਪਾਹੀ ਪਹਿਲਾਂ ਐਂਟਰ ਕਰੇਗਾ ਉਹ ਸਿਰ ਝੁਕਾ ਕੇ ਆਵੇਗਾ ਤੇ ਸਹਬਜ਼ਾਦੇ ਉਹਨਾਂ ਵੱਲ ਵੇਖ ਕੇ ਸਿਰ ਝੁਕਾ ਲੈਣਗੇ ਤੇ ਅਸੀਂ ਕਵਾਂਗੇ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚਿਆਂ ਨੇ ਸੀਸ ਝੁਕਾ ਦਿੱਤਾ ਹੈ ਬਿਲਕੁਲ ਤਿਆਰੀ ਇਦਾਂ ਦੀ ਸੀ ਪਰ ਜਿਸ ਵੇਲੇ ਸਹਿਬਜ਼ਾਦਿਆਂ ਨੇ ਜਿਹੜਾ ਸਿਪਾਹੀ ਪਹਿਲਾਂ ਅੰਦਰ ਦਾਖਲ ਹੋਇਆ ਉਹਦੀ ਤੇ ਨੌਕਰੀ ਸੀ ਉਹਨੇ ਤੇ ਸਿਰ ਝੁਕਾ ਦਿੱਤਾ ਸਹਿਬਜ਼ਾਦਿਆਂ ਨੇ ਸਿਰ ਨਹੀਂ ਝੁਕਾਇਆ ਸਹਿਬਜ਼ਾਦਿਆਂ ਦਾ ਪਹਿਲਾਂ ਉਸ ਦਹਲੀਜ਼ ਦੇ ਉੱਤੇ ਪੈਰ ਗਿਆ ਇਹ ਘਟਨਾ ਸਿਰਫ ਸਹਿਬਜ਼ਾਦਿਆਂ ਦੇ ਨਾਲ ਵਾਪਰਨ ਵਾਲੀ ਨਹੀਂ ਹੈ ਇਹਨੂੰ ਆਪਣੇ ਆਪਣੇ ਜੀਵਨ ਦੇ ਨਾਲ ਰਿਲੇਟ ਕਰਕੇ ਵੇਖੀਏ ਜਿੱਥੇ ਬਾਕੀ ਸਿਰ ਸੁੱਟ ਕੇ ਤੁਰ ਪੈਂਦੇ ਨੇ ਸਾਨੂੰ ਮਾਲਕ ਨੇ ਇੰਨਾ ਕਮਾਦਾ ਬਖਸ਼ਿਆ ਵੀਸੀਂ ਸਿਰ ਝੁਕ ਕੇ ਰਹਿ ਸਕੀਏ ਉਸ ਅਸਥਾਨ ਦੇ ਉੱਤੇ ਜਿੱਥੇ ਬਾਕੀ ਸਿਰ ਸੁੱਟਣ ਦੇ ਲਈ ਤਿਆਰ ਨੇ ਵੀ ਠੀਕ ਹੈ ਜੇ ਸੀ ਤਾਂ ਅੱਖਾਂ ਮੀਟ ਕੇ ਮੰਨ ਲੈਨੇ ਹਾਂ ਉਹਨਾਂ ਦਹਲੀਜ਼ਾਂ ਦੇ ਉੱਤੇ ਕਦਮ ਰੱਖਣ ਦੀ ਸਾਡੇ ਵਿੱਚ ਹਿੰਮਤ ਹੈ ਕਿ ਅਸੀਂ ਇਸ ਤਰੀਕੇ ਦੇ ਨਾਲ ਨਹੀਂ ਵੀ ਸਾਰੇ ਝੁਕ ਗਏ ਤੇ ਅਸੀਂ ਵੀ ਮਗਰੇ ਉਦਾਂ ਦੇ ਹੀ ਬਣ ਕੇ ਚਲੇ ਗਏ ਇਹ ਸਾਡੇ ਜੀਵਨ ਦੇ ਵਿੱਚ ਤੇ ਨਹੀਂ ਸੀ ਹੋਣਾ ਚਾਹੀਦਾ ਪਰ ਤਾਂ ਹੋਵੇਗਾ ਜੇ ਜੀਵਨ ਦੇ ਵਿੱਚ ਚੜ੍ਹਦੀ ਕਲਾ ਨੂੰ ਜੀ ਕੇ ਰੱਖਿਆ ਹੈ ਨਹੀਂ ਤੇ ਅਸੀਂ ਸੋਚਦੇ ਹਾਂ ਇੰਨੇ ਨਾਣੇ ਕਰੀਏਂਦੇ ਅਸੀਂ ਕੀ ਕਰ ਲਿਆ ਅਸੀਂ ਪਹਿਲਾਂ ਹੀ ਡਿੱਗੇ ਪਏ ਹਾਂ ਇਹਨਾਂ ਜੀਵਨਾਂ ਦੇ ਵਿੱਚ ਥੋੜਾ ਜਿਹਾ ਤਕੜਾਈ ਵਾਲਾ ਪਾਸਾ ਤੇ ਆਵੇ ਜੀਵਨ ਦੇ ਵਿੱਚ ਹਿੰਮਤ ਵਾਲਾ ਪਾਸਾ ਵੀ ਤੇ ਆਵੇ ਸਹਿਬਜ਼ਾਦਿਆਂ ਨੇ ਕਦਮ ਰੱਖਿਆ ਕਚੈਰੀ ਫੇਰ ਲੱਗ ਗਈ ਫੇਰ ਸ਼ੁਰੂਆਤ ਫਤੇ ਤੋਂ ਤੋਂ ਹੋਈ ਫੇਰ ਜਦੋਂ ਫਤੇ ਬੁલાਏ ਗਈ ਫੇਰ ਗੱਲ ਇਸ ਪਾਸੇ ਤੋਂ ਸ਼ੁਰੂ ਹੋਈ دیਵਾਨ ਦੇ ਵਿੱਚ ਬੈਠਾ ਹੋਇਆ ਸੋਚਾ ਆਨੰਦ ਇੱਕ ਹੋਰ ਗੱਲ ਹੈ ਮੈਂ ਸੰਖੇਪ ਕਰਾਂ ਘਟਨਾ ਨੂੰ ਇਸੇ ਹੀ دیਵਾਨ ਦੇ ਵਿੱਚ ਬੈਠਾ ਹੋਇਆ ਹੈ ਸ਼ੇਰ ਮੁਹੰਮਦ ਖਾਂ ਤੇ ਨਾਲ ਉਹਦੇ ਬੈਠਾ ਹੋਇਆ ਖਵਾਜਾ ਖਿਜ਼ਰ ਖਾਂ ਇਹ ਦੋਵੇਂ ਭਰਾ ਸਨ ਤੀਜਾ ਇਹਨਾਂ ਦਾ ਭਰਾ ਸੀ ਨਾਹਰ ਖਾਂ ਜਮਕੋਰ ਦੀ ਗੜੀ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਤੀਰਾਂ ਦੇ ਨਾਲ ਇਹਨੂੰ ਖਤਮ ਹੋਇਆ ਸੀ ਮਹਾਰਾਜ ਜੀ ਨੇ ਇਹਨੂੰ ਤੀਰ ਬਖਸ਼ਿਆ ਜੀ ਜ਼ਫਰਨਾਮੇ ਚ ਦਾ ਜ਼ਿਕਰ ਆ ਜਾਂਦਾ ਹੈ ਨਾਹਰ ਖਾਂ ਉਹਨੂੰ ਮਰਵਾ ਕੇ ਤੇ ਸ਼ੇਰ ਮੁਹੰਮਦ ਖਾਂ ਵਰਗੇ ਉਸੇ ਸਭਾ ਦੇ ਵਿੱਚ ਬੈਠੇ ਹੋਏ ਨੇ ਜਿਹਦਾ ਭਰਾ ਮਰ ਗਿਆ ਹੋਵੇ ਜੰਗ ਦੇ ਮੈਦਾਨ ਦੇ ਵਿੱਚ ਉਹ ਸਭਾ ਦੇ ਵਿੱਚ ਬੈਠੇ ਹੋਣ ਤੇ ਜਿਨ੍ਹਾਂ ਨੇ ਖਤਮ ਕੀਤਾ ਹੋਵੇ ਉਹਦੇ ਬੱਚੇ ਸਾਹਮਣੇ ਹੋਣ ਤੇ ਫਿਰ ਉਤੋਂ ਪਤਾ ਲੱਗ ਜਾਂਦਾ ਹੈ ਕਿ ਉਹਨਾਂ ਦੀ ਉਹਨਾਂ ਬੱਚਿਆਂ ਨੂੰ ਵੇਖ ਕੇ ਮਾਨਸਿਕਤਾ ਕੀ ਹੋਵੇਗੀ ਪਰ ਇੱਕ ਗੱਲ ਜਿਹੜੀ ਚੀਜ਼ ਦੇ ਲਈ ਇਤਿਹਾਸ ਹਮੇਸ਼ਾ ਯਾਦ ਰੱਖਦਾ ਹੈ ਇਹਨਾਂ ਭਰਾਵਾਂ ਨੂੰ ਸ਼ੇਰ ਮੁਹੰਮਦ ਖਾਨ ਨੂੰ ਆਖਿਆ ਗਿਆ ਸੁਚਾਨੰਦ ਦੇ ਵੱਲੋਂ ਕਿ ਤੁਹਾਡੇ ਭਰਾ ਨੂੰ ਇਹਨਾਂ ਬੱਚਿਆਂ ਦੇ ਪਿਤਾ ਦੇ ਵੱਲੋਂ ਖਤਮ ਕੀਤਾ ਗਿਆ ਹੈ ਮਹਾਰਾਜ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਬਖਸ਼ਿਆ ਸੀ ਇਹਨਾਂ ਬੱਚਿਆਂ ਦੇ ਪਿਤਾ ਦੇ ਵੱਲੋਂ ਤੁਹਾਡੇ ਭਰਾ ਨੂੰ ਖਤਮ ਕੀਤਾ ਗਿਆ ਹੈ ਤੁਹਾਡੇ ਕੋਲ ਮੌਕਾ ਹੈ ਤੁਸੀਂ ਚਾਹੋ ਤੇ ਆਪਣੇ ਭਰਾ ਦਾ ਬਦਲਾ ਤੁਸੀਂ ਬੱਚਿਆਂ ਦੇ ਕੋਲੋਂ ਲੈ ਸਕਦੇ ਜੀ ਸ਼ੇਰ ਮੁਹੰਮਦ ਖਾਂ ਕਹਿੰਦਾ ਮੈਂ ਜੰਗ ਦੇ ਮੈਦਾਨ ਦੇ ਵਿੱਚ ਜਾਣ ਵਾਲਾ ਸੂਰਮਾ ਹਾਂ ਮੈਂ ਡਰਪੋਕ ਨਹੀਂ ਹਾਂ ਮੇਰੀ ਲੜਾਈ ਇਹਨਾਂ ਦੇ ਪਿਤਾ ਦੇ ਨਾਲ ਹੈ ਤੇ ਲੜਾਈ ਪਿਤਾ ਦੇ ਨਾਲ ਹੋਵੇਗੀ ਤੇ ਜੰਗ ਦੇ ਮੈਦਾਨ ਦੇ ਵਿੱਚ ਜਾ ਕੇ ਮੈਂ ਉਹਦਾ ਮੁਕਾਬਲਾ ਕਰਾਂਗਾ ਉੱਥੇ ਤੇ ਮੈਂ ਮਰਦ ਅਖਵਾਇਆ ਜਾਵਾਂਗਾ ਇਹ ਕਾਦੀ ਬਹਾਦਰੀ ਹੋਈ ਕਿ ਲੜਾਈ ਪਿਤਾ ਦੇ ਨਾਲ ਹੋਵੇ ਤੇ ਖਤਮ ਮੈਂ ਬੱਚੇ ਕਰ ਦੇਵਾਂ ਇਹ ਬਹਾਦਰੀ ਥੋੜਾ ਹੈ ਉਹਨੇ ਆਖਿਆ ਸੀ ਮੈਂ ਬਦਲਾ ਲਾਵਾਂਗਾ ਤੇ ਪਿਤਾ ਦੇ ਕੋਲੋਂ ਬਦਲਾ ਲਾਵਾਂਗਾ ਬੱਚਿਆਂ ਦਾ ਪਿਤਾ ਦਾ ਬਦਲਾ ਬੱਚਿਆਂ ਦੇ ਕੋਲੋਂ ਕਿਦਾਂ ਲਿਆ ਜਾ ਸਕਦਾ ਹੈ ਅੱਲਾ ਯਾਰ ਖਾਂ ਜੋਗੀ ਲਿਖਦੇ ਨੇ ਬਦਲਾ ਹੀ ਲੈਣਾ ਹੋਗਾ ਤੋ ਹਮ ਲੇਂਗੇ ਵਾਪਸੇ ਮਹਿਫੂਜ਼ ਰੱਖੇ ਖੁਦਾ ਹਮੇ ਐਸੇ ਪਾਪ ਸੇ ਉਹ ਕਹਿੰਦਾ ਮੈਂ ਪਾਪ ਕਿਉਂ ਕਰਾਂ ਜਿਨ੍ਹਾਂ ਦੇ ਨਾਲ ਲੜਾਈ ਹੋਵੇਗੀ ਉਹਨਾਂ ਦੇ ਨਾਲ ਮੁਕਾਬਲਾ ਕਰਾਂਗਾ ਹਾਂ ਅੱਗੇ ਫਿਰ ਉਹ ਸਿੰਘਾਂ ਦੇ ਨਾਲ ਲੜਾਈਆਂ ਵੀ ਕਰਦਾ ਹੈ ਖਤਮ ਹੀ ਹੋ ਜਾਂਦਾ ਹੈ ਪਰ ਗੱਲ ਸਿਰਫ ਇੰਨੀ ਸੀ ਕਿ ਉਸ ਸਭਾ ਦੇ ਵਿੱਚ ਬੈਠੇ ਹੋਏ ਬੰਦਿਆਂ ਦੀ ਮਾਨਸਿਕਤਾ ਕੀ ਹੈ ਕਿਉਂਕਿ ਚੰਗੇ ਭਲੇ ਸਰਦਾਰ ਸੀ ਹੁਣ ਉਸੇ ਸਭਾ ਦੇ ਵਿੱਚ ਸੁਚਾਨੰਦ ਵੀ ਬੈਠਾ ਹੋਇਆ ਸੁਚਾਨੰਦ ਉਹਨੂੰ ਜਦੋਂ ਇਹ ਗੱਲ ਸਾਹਮਣੇ ਸਮਝ ਆਈ ਵੀ ਇਹਨਾਂ ਨੇ ਤੇ ਮਨਾਂ ਕਰ ਦਿੱਤਾ ਹੈ ਤੇ ਸਹਿਬ ਜੀ ਆਦੇ ਬੜੀਆਂ ਦਲੇਰੀਆਂ ਦੇ ਨਾਲ ਜਵਾਬ ਦੇ ਰਹੇ ਨੇ ਉਹ ਕਹਿੰਦੇ ਨੇ ਵੀ ਅਸੀਂ ਕਿਸੇ ਦੀ ਗੱਲ ਨਹੀਂ ਮੰਨਦੇ ਅਸੀਂ ਕਿਸੇ ਦੀ ਈਨ ਮੰਨਣ ਦੇ ਲਈ ਤਿਆਰ ਨਹੀਂ ਜ਼ਿੰਦਗੀ ਜਿਹੜੀ ਹੈ ਉਹ ਚਲੀ ਵੀ ਜਾਵੇ ਤੇ ਸਾਨੂੰ ਪਰਵਾਹ ਨਹੀਂ ਤੇ ਸੁਚਾਨਾ ਇਸ ਗੱਲ ਨੂੰ ਆਖਦਾ ਹੈ ਉੱਥੇ ਲਫ਼ਜ਼ ਨੇ 임 ਕਹਿਓ ਨਵਾਬ ਇਹ ਸਰਪ ਬਿਸੂਰੇ ਛੋਟੇ ਵੱਡੇ ਦਸੇਂਗੇ ਜ਼ਰੂਰੇ ਲਫ਼ਜ਼ ਵਰਤਣ ਦੇ ਲਈ ਮਾਫੀ ਮੰਗਦਾ ਹਾਂ ਉਹਨੇ ਆਖਿਆ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਨੇ ਪਰ ਹੈ ਤੇ ਸੱਪ ਦੇ ਬੱਚੇ ਨੇ ਨਾ ਇਹ ਵੱਡੇ ਹੋਣਗੇ ਡੰਗ ਜ਼ਰੂਰ ਮਾਰਨਗੇ ਇਹ ਉਹਦੇ ਬੋਲ ਨੇ ਹੁਣ ਇਥੋਂ ਇੱਕ ਤੇ ਗੱਲ ਗਿਆਨੀ ਸੂਨ ਸਿੰਘ ਸੀਤ ਲਿਖਦੇ ਹੁੰਦੇ ਨੇ ਸ਼ੇਰ ਮੁਹੰਮਦ ਖਾਂ ਆਜ਼ਾਦ ਧਿਰ ਦਾ ਬੰਦਾ ਹੈ ਭਾਵੇਂ ਕਿ ਮੁਸਲਮਾਨ ਹੈ ਪਰ ਉਹ ਕਹਿੰਦਾ ਹੈ ਨਹੀਂ ਮੈਂ ਬੱਚਿਆਂ ਦੇ ਕੋਲੋਂ ਬਦਲਾ ਨਹੀਂ ਲਵਾਂਗਾ ਸੁਚਾਨੰਦ ਹੈ ਤੇ ਉਸ ਵੇਲੇ ਉਸ ਧਿਰ ਦਾ ਜਿਨ੍ਹਾਂ ਨੂੰ ਮਹਾਰਾਜ ਨੇ ਆਖਿਆ ਸੀ ਘਰ ਘਰ ਮੀਆਂ ਸਭਨਾ ਜੀਆਂ ਬੋਲੀ ਔਰ ਤੁਹਾਰੀ ਉਹਨਾਂ ਦੀ ਨੌਕਰੀ ਕਰਦਾ ਹੈ ਮੁਸਲਮਾਨ ਵੀ ਨਹੀਂ ਹੈ ਹਿੰਦੂ ਹੈ ਤੇ ਉਸ ਵੇਲੇ ਪਰ ਉਹ ਕੀ ਕਰਦਾ ਪਿਆ ਗੁਲਾਮ ਨੂੰ ਆਪਣੀ ਗੁਲਾਮੀ ਦੱਸਣ ਦੇ ਲਈ ਵਾਰ-ਵਾਰ ਆਪਣੇ ਆਪ ਨੂੰ ਪੇਸ਼ ਕਰਨਾ ਪੈਂਦਾ ਹੈ ਗੁਲਾਮ ਨੂੰ ਆਪਣੀ ਗੁਲਾਮੀ ਪ੍ਰਗਟ ਕਰਨ ਦੇ ਲਈ ਵਾਰ-ਵਾਰ ਸੱਚਾ ਸਾਬਿਤ ਕਰਨਾ ਪੈਂਦਾ ਹੈ ਸਚਾਨੰਦ ਉਥੇ ਹੀ ਕੋਈ ਕਰਦਾ ਪਿਆ ਹੈ ਜਿਹੜੇ ਆਜ਼ਾਦ ਨੇ ਉਹ ਖੁੱਲ ਕੇ ਆਪਣੀ رائے ਰੱਖਦੇ ਨੇ ਜਿਹੜੇ ਗੁਲਾਮ ਹੁੰਦੇ ਨੇ ਉਹ ਆਜ਼ਾਦ رائے ਨਹੀਂ ਰੱਖ ਸਕਦੇ ਹੁੰਦੇ ਉਹਨਾਂ ਨੂੰ ਵਾਰ-ਵਾਰ ਦੱਸਣਾ ਪੈਂਦਾ ਵੀ ਨਹੀਂ ਜੀ ਅਸੀਂ ਤੁਹਾਡੇ ਨਾਲ ਹਾਂ ਵਾਰ-ਵਾਰ ਸਾਬਿਤ ਕਰਨਾ ਪੈਂਦਾ ਉਸ ਸਭਾ ਦੇ ਵਿੱਚ ਉਹ ਇੰਨੀ ਦਲੇਰੀ ਦੇ ਨਾਲ ਬੋਲਦਾ ਤੇ ਸਹੀਂ ਸ਼ੇਰ ਮੁਹੰਮਦ ਖਾਨ ਦੇ ਵਾਂਗ ਉਹਨੂੰ ਪਤਾ ਸੀ ਉਹਦੇ ਨਾਲ ਕੀ ਬਣ ਜਾਣਾ ਹੈ ਇਥੋਂ ਪਤਾ ਲੱਗਦਾ ਜਿੰਨਾ ਅਸਥਾਨਾਂ ਦੇ ਉੱਤੇ ਅਸੀਂ ਰਹਿੰਦੇ ਹਾਂ ਸਾਡੀ ਜ਼ਿਹਨੀयत ਦੇ ਵਿੱਚ ਆਜ਼ਾਦੀ ਕਿੰਨੀ ਆਉਂਦੀ ਹੈ ਤੇ ਸਾਡੀ ਜ਼ਿਹਨੀयत ਦੇ ਵਿੱਚ ਗੁਲਾਮੀ ਕਿੰਨੀ ਆਉਂਦੀ ਹੈ ਬੜੀਆਂ ਲੰਮੀਆਂ ਚੋੜੀਆਂ ਕਹਾਣੀਆਂ ਨੇ ਇਹਨਾਂ ਚੀਜ਼ਾਂ ਦੇ ਪਿੱਛੇ ਘਟਨਾਵਾਂ ਤੇ ਇੱਕ ਦਿਨ ਚ ਵਾਪਰ ਜਾਂਦੀਆਂ ਨੇ ਮਾਨਸਿਕਤਾ ਬਣਾਉਣ ਲੱਗੀਆਂ ਸਦੀਆਂ ਲੱਗ ਜਾਂਦੀਆਂ ਨੇ ਸੁਚਨ ਅਨੰਦ ਆਖਦਾ ਹੈ ਇਹ ਖਤਮ ਅੱਜ ਵੱਡੇ ਹੋਗੇ ਕੱਲ ਵੱਡੇ ਹੋਗੇ ਕੱਲ ਨੂੰ ਫੇਰ ਸਾਨੂੰ ਖਤਮ ਕਰਨਗੇ ਇਸ ਕਰਕੇ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਹੈ ਸਹਿਬਜ਼ਾਦਿਆਂ ਨੂੰ ਖਤਮ ਕਰਨ ਦੇ ਲਈ ਫਤਵਾ ਉਸ ਵੇਲੇ ਜਾਰੀ ਕੀਤਾ ਗਿਆ ਲਗਭਗ ਫਤਵਾ ਇਹ ਸੀ ਕਿ ਇੱਕ ਤੇ ਇਹਨਾਂ ਦਾ ਪਿਤਾ ਹਕੂਮਤ ਦਾ ਬਾਗੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਉਸ ਵੇਲੇ ਸੱਚੇ ਪਾਤਸ਼ਾਹ ਜੀ 마ਸੀਵਾੜੇ ਵਾਲੇ ਪਾਸੇ ਤੋਂ ਅੱਗੇ ਨਿਕਲ ਚੁੱਕੇ ਸਨ ਪਰ ਗੱਲ ਇਹ ਚੱਲੀ ਕਿ ਇਹਨਾਂ ਦਾ ਪਿਤਾ ਬਾਗੀ ਹੈ ਤੇ ਉਸ ਬਗਾਵਤ ਦੇ ਵਿੱਚ ਇਹਨਾਂ ਨੇ ਮਦਦ ਕੀਤੀ ਹੈ ਹੁਣ ਫਿਰ ਇਸ ਗੱਲ ਦੇ ਉੱਤੇ ਵੀ ਨਾਲ ਗੱਲ ਚੱਲਦੀ ਹੈ ਕਿ ਇਹਨਾਂ ਨੇ ਸਾਡੀ ਗੱਲ ਨੂੰ ਸਭਾ ਦੇ ਵਿੱਚ ਮੰਨਿਆ ਨਹੀਂ ਹੈ ਤੇ ਸਭਾ ਦੀ ਨਿਰਾਦਰੀ ਕੀਤੀ ਹੈ ਹੈ ਤੇ ਸਾਰੇ ਬਹਾਨੇ ਬਣਾਉਣ ਵਾਲੀਆਂ ਗੱਲਾਂ ਨੇ ਪਰ ਇਹ ਜਿਹੜਾ ਹੈ ਉਹ ਦੋਸ਼ ਲਗਾਇਆ ਗਿਆ ਔਰ ਨਾਲ ਕਹਿ ਦਿੱਤਾ ਗਿਆ ਕਾਜ਼ੀ ਦੇ ਵੱਲੋਂ ਇਹ ਫਤਵਾ ਸੀ ਕਿ ਸਹਿਬਜ਼ਾਦਿਆਂ ਨੂੰ ਉਹ ਜਿਵਾ ਕੀਤਾ ਜਾਵੇਗਾ ਜਿਵਾ ਕਰਨ ਦਾ ਮਤਲਬ ਹੁੰਦਾ ਹੈ ਜਿਹੜੀ ਸਾਰ ਰਗ ਹੁੰਦੀ ਹੈ ਉਹਨੂੰ ਕੱਟ ਦੇਣਾ ਨੀਹਾਂ ਦੇ ਵਿੱਚ ਚਿਣੇ ਜਾਣ ਦੀ ਗੱਲ ਬਹੁਤ ਵੱਡੇ ਲੈਵਲ ਦੇ ਉੱਤੇ ਪ੍ਰਚਾਰੀ ਜਾਂਦੀ ਹੈ ਔਰ ਇਹਦੇ ਵਿੱਚ ਉਹ ਘਟਨਾ ਛੁਪ ਕੇ ਪਿੱਛੇ ਰਹਿ ਜਾਂਦੀ ਹੈ ਜਿਹੜਾ ਅਸਲ ਦੇ ਵਿੱਚ ਸ਼ਹਾਦਤ ਦਾ ਕਾਰਨ ਹੈ ਇਹ ਨਹੀਂ ਕਿ ਨੀਹਾਂ ਦੇ ਵਿੱਚ ਚਿਣਿਆ ਨਹੀਂ ਗਿਆ ਇਹਦਾ ਮਤਲਬ ਇਹ ਹੈ ਕਿ ਅਸਲ ਦੇ ਵਿੱਚ ਕੰਮ ਇਹੀ ਸੀ ਕਿ ਬੱਚਿਆਂ ਨੂੰ ਇਸ ਤਰੀਕੇ ਦੇ ਨਾਲ ਸਜ਼ਾ ਦਿੱਤੀ ਜਾਣੀ ਹੈ ਔਰ ਵੈਸੇ ਕਵੀ ਦੁਨਨਾ ਸਿੰਘ ਹੰਡੂਰੀਆ ਨੂੰ ਪੜ ਲਿਏ ਤੇ ਉਹ ਕਹਿੰਦੇ ਨੇ ਕਿ ਸਹਿਬਜ਼ਾਦਿਆਂ ਨੂੰ ਇਸ ਦਿਨ ਸਭਾ ਦੇ ਵਿੱਚ ਡਰਾ ਕੇ ਤੇ ਸ਼ਮਕਾਂ ਵੀ ਮਾਰੀਆਂ ਗਈਆਂ ਸੋਟੀਆਂ ਵੀ ਮਾਰੀਆਂ ਗਈਆਂ ਸੀ ਤਾਂ ਕਿ ਬੱਚੇ ਕਿਸੇ ਨਾ ਕਿਸੇ ਤਰੀਕੇ ਨਾਲ ਗੱਲ ਨੂੰ ਮੰਨ ਜਾਣ ਜਦੋਂ ਉਸ ਵੇਲੇ ਗਿਆਨੰਦ ਨਾਮ ਦਾ ਇੱਕ ਬੰਦਾ ਸੀ ਉਹਦੇ ਹੱਥ ਦੇ ਵਿੱਚ ਕਟਾਰ ਦੇ ਕੇ ਬੱਚਿਆਂ ਨੂੰ ਝੰਡੋੜਿਆ ਵੀ ਗਿਆ ਸੀ ਤਾਂ ਕਿ ਬੱਚੇ ਡਰ ਜਾਣ ਪਰ ਅਕਾਲ ਪੁਰਖ ਵਾਹਿਗੁਰੂ ਨੇ ਉਹ ਜੀਵਨ ਦੇ ਵਿੱਚ ਉਹ ਗੱਲ ਰੱਖ ਲਈ ਜੀਵਨ ਦੇ ਵਿੱਚ ਕਿ ਇਹ ਸਹਿਬਜ਼ਾਦਿਆਂ ਦੀ ਯਕੀਨ ਨੂੰ ਔਰ ਉਹਨਾਂ ਦੇ ਭਰੋਸੇ ਉਹ ਨਹੀਂ ਡਲਾ ਸਕੇ ਸਹਿਬਜ਼ਾਦਿਆਂ ਨੂੰ ਜਦੋਂ ਇਹ ਫਤਵਾ ਮਿਲ ਜਾਂਦਾ ਹੈ ਵਾਪਸ ਮਾਤਾ ਜੀ ਦੇ ਕੋਲ ਭੇਜ ਦਿੱਤਾ ਜਾਂਦਾ ਹੈ ਹੁਣ ਮਾਤਾ ਜੀ ਨੂੰ ਆ ਕੇ ਦੱਸਦੇ ਨੇ ਪੇ ਸਾਡੇ ਨਾਲ ਸਭਾ ਦੇ ਵਿੱਚ ਆ ਵਾਪਰਿਆ ਹੈ ਸਭਾ ਦੇ ਵਿੱਚ ਸਾਨੂੰ ਇਸ ਤਰੀਕੇ ਦੇ ਨਾਲ ਤਸੀਹੇ ਜਣ ਦੀ ਕੋਸ਼ਿਸ਼ ਵੀ ਕੀਤੀ ਗਈ ਹੈ ਸਾਡੇ ਸਾਹਮਣੇ ਲਾਲਚ ਅਜੇ ਵੀ ਮੌਜੂਦ ਨੇ ਅਜੇ ਵੀ ਉਹ ਕਹਿੰਦੇ ਨੇ ਕਿ ਜਾਨਾਂ ਬਚਾ ਸਕਦੇ ਹਾਂ ਮੈਂ ਇੱਕ ਗੱਲ ਚਮਕੌਰ ਸਾਹਿਬ ਵਾਲੇ ਦਿਨ ਵੀ ਆਖੀ ਸੀ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬੱਚੇ ਹਾਂ ਤੇ ਸਾਡੇ ਵਿੱਚ ਤੇ ਸ਼ਹੀਦਾਂ ਨੂੰ ਯਾਦ ਕਰਨ ਦੀ ਬੜੀ ਵੱਡੀ ਪਰੰਪਰਾ ਹੈ ਪਰ ਸਾਨੂੰ ਪਤਾ ਵੀ ਤੋਂ ਇਹ ਸ਼ਹੀਦ ਕਿਹਾ ਕਿੰਨੂੰ ਜਾਂਦਾ ਹੈ ਐਵੇਂ ਨਹੀਂ ਕਿ ਹਰ ਬੰਦੇ ਦੇ ਨਾਮ ਦੇ ਪਿੱਛੇ ਲਿਖ ਦਿੱਤਾ ਤੇ ਸ਼ਹੀਦ ਬਣ ਜਾਂਦਾ ਸ਼ਹੀਦ ਹੁੰਦਾ ਹੀ ਉਹ ਹੈ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਗਿਆ ਹੋਵੇ ਤੇ ਜਾਂ ਜਿਸ ਨੂੰ ਖਤਮ ਕਰਨ ਦੀ ਕੋਸ਼ਿਸ਼ ਹੋਵੇ ਤੇ ਉਹਦੇ ਸਾਹਮਣੇ ਦੂਜਾ ਰਸਤਾ ਪੂਰਾ ਖੁੱਲਾ ਹੋਵੇ ਵੀ ਆਪਣੀ ਜਾਨ ਬਚਾ ਸਕਦਾ ਹੈ ਪੂਰੀ ਆਪਸ਼ਨ ਹੋਵੇ ਉਸ ਵੇਲੇ ਜ਼ਿੰਦਗੀ ਦੇ ਵਿੱਚੋਂ ਉਹ ਕਹਿ ਦੇਵੇ ਵੀ ਨਹੀਂ ਮੈਂ ਜ਼ਿੰਦਗੀ ਨਹੀਂ ਮੈਂ ਮੌਤ ਕਬੂਲ ਕਰਦਾ ਹਾਂ ਉਸ ਬੰਦੇ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਂਦਾ ਹੈ ਗੁਰੂ ਘਰ ਦੇ ਵਿੱਚ ਇਹ ਨਹੀਂ ਕਿ ਵੈਸੇ ਕੋਈ ਖਤਮ ਹੋ ਗਿਆ ਤਾਂ ਆਪਾਂ ਕਹਿ ਦਿੰਦਾ ਜੀ ਸ਼ਹੀਦ ਹੋ ਗਿਆ ਉਹਦੀ ਕੁਰਬਾਨੀ ਨਹੀਂ ਜੰਗ ਦੇ ਮੈਦਾਨ ਦੇ ਵਿੱਚ ਗਏ ਸੂਰਮਿਆਂ ਦੇ ਕੋਲ ਪੂਰੀ ਆਪਸ਼ਨ ਹੁੰਦੀ ਹੈ ਵੀ ਉਹ ਜਾ ਕੇ ਸਾਹਮਣੇ ਜਾ ਕੇ ਲੜ ਲਵੇ ਤੇ ਜਾਂ ਚਾਵੇ ਤੇ ਭੱਜ ਕੇ ਵਾਪਸ ਆ ਜਾਵੇ ਉਹਦੇ ਕੋਲ ਆਪਸ਼ਨ ਹੁੰਦੀ ਹੈ ਤਾਂ ਉਹ ਸਾਰੇ ਸ਼ਹੀਦ ਮੰਨੇ ਜਾਂਦੇ ਨੇ ਗੁਰੂ ਅਰਜਨ ਸਾਹਿਬ ਦੇ ਕੋਲ ਆਪਸ਼ਨ ਸੀ ਜ਼ਿੰਦਗੀ ਬਚਾਉਣ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਕੋਲ ਸੀ ਸਹਿਬਜ਼ਾਦਿਆਂ ਦੇ ਕੋਲ ਸੀ ਜ਼ਿੰਦਗੀ ਬਚਾਉਣ ਦੀ ਆਪਸ਼ਨ ਪਰ ਨਹੀਂ ਬਚਾਈ ਉਹ ਸਿਰਫ ਉਹਨਾਂ ਨੂੰ ਸ਼ਹੀਦ ਆਖਿਆ ਜਾਂਦਾ ਹੈ ਜਿਨ੍ਹਾਂ ਦੇ ਕੋਲ ਜ਼ਿੰਦਗੀ ਜੀਣ ਦੇ ਪੂਰੇ ਮੌਕੇ ਹੋਣ ਪਰ ਉਹਨਾਂ ਨੇ ਜ਼ਿੰਦਗੀ ਨਹੀਂ ਚੁਣੀ ਉਹਨਾਂ ਨੇ ਜ਼ੁਲਮ ਦਾ ਮੁਕਾਬਲਾ ਕਰਨ ਦੇ ਲਈ ਆਪਣੀ ਜਾਨ ਦੇਣਾ ਉਹਨੂੰ ਚੁਣ ਲਿਆ ਹੈ ਜੀਵਨ ਦੇ ਵਿੱਚ ਉਹਨਾਂ ਨੂੰ ਸ਼ਹੀਦ ਆਖਿਆ ਗਿਆ ਸਹਿਬਜ਼ਾਦਿਆਂ ਨੇ ਆਖਿਆ ਸਾਨੂੰ ਆ ਸੁਣਾਇਆ ਗਿਆ ਹੈ ਕਿ ਆਉਣ ਵਾਲੇ ਦਿਨ ਦੇ ਵਿੱਚ ਖਤਮ ਕਰ ਦਿੱਤਾ ਜਾਵੇਗਾ ਮਾਤਾ ਨੇ ਹਜ਼ੂਰ ਤੰਦਰੁਸਤੀਆਂ ਦੇਣ ਇਹਨਾਂ ਘਟਨਾਵਾਂ ਨੂੰ ਤੇ ਸਿਰਫ ਜਾਣਿਆ ਤੇ ਸਮਝਿਆ ਜਾ ਸਕਦਾ ਹੈ ਹਰ ਇੱਕ ਦਾ ਆਪਣਾ ਆਪਣਾ ਘਟਨਾਵਾਂ ਨੂੰ ਸੋਚਣ ਦਾ ਸਮਝਣ ਦਾ ਨਜ਼ਰੀਆ ਹੁੰਦਾ ਹੈ ਪਰ ਮੈਨੂੰ ਇੰਝ ਲੱਗਦਾ ਹੈ ਕਿ ਸ਼ਾਇਦ ਮਾਤਾ ਗੁਜਰੀ ਜੀ ਜਿਹੜੀ ਉਹਨਾਂ ਦੇ ਦਿਲ ਦੇ ਵਿੱਚ ਉਸ ਵੇਲੇ ਬੀਤਦੀ ਪਈ ਹੋਵੇਗੀ ਇੱਕ ਤੇ ਇਹ ਹੈ ਕਿ ਮਾਤਾ ਜੀ ਨੂੰ ਇਹ ਵੀ ਤੇ ਮਨ ਦੇ ਵਿੱਚ ਖਿਆਲ ਹੋਵੇਗਾ ਨਾ ਕਿ ਬੱਚੇ ਨੇ ਮਾਤਾ ਇਹਨਾਂ ਦੀ ਇਹਨਾਂ ਦੇ ਸਿਰ ਦੇ ਉੱਤੇ ਨਹੀਂ ਕੱਲ ਨੂੰ ਜੇ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਜਾਵਾਂਗੀ ਤੇ ਜੇ ਮੈਨੂੰ ਬੱਚਿਆਂ ਦੇ ਬਾਰੇ ਪੁੱਛਿਆ ਜਾਵੇਗਾ ਤੇ ਮੈਂ ਕੀ ਇਸ ਗੱਲ ਦਾ ਜਵਾਬ ਦੇਣਾ ਹੈ ਹਾਲਾਂਕਿ ਸਤਿਗੁਰੂ ਦੀ ਮਾਤਾ ਹੈ ਉਹ ਪਰ ਇੱਕ ਤੇ ਮਨ ਦੇ ਵਿੱਚ ਇਹ ਗੱਲ ਹੁੰਦੀ ਹੈ ਨਾ ਕਿ ਮਾਤਾ ਪਿਤਾ ਆਪਣੇ ਬੱਚੇ ਦੇ ਬਾਰੇ ਪੁੱਛਣਗੇ ਤੇ ਮੈਂ ਕੀ ਜਵਾਬ ਦੇਣਾ ਉਹ ਮਨ ਦੇ ਵਿੱਚ ਖਿਆਲ ਹੈ ਪਰ ਦੂਜਾ ਇਹ ਗੱਲ ਕਹਿ ਦੇਣੀ ਬੜੀ ਵੱਡੀ ਜੇ ਮੈਂ ਪ੍ਰਚਾਰਕ ਹੋਣ ਦੇ ਨਾਤੇ ਇਸ ਗੱਲ ਨੂੰ ਕਹਿ ਸਕਦਾ ਹਾਂ ਮਨ ਦੇ ਵਿੱਚ ਮਾਤਾ ਗੁਜਰੀ ਜੀ ਨੇ ਸ਼ੁਕਰ ਵੀ ਕੀਤਾ ਹੋਵੇਗਾ ਕਿ ਮੇਰੀਆਂ ਦਿੱਤੀਆਂ ਹੋਈਆਂ ਸਿੱਖਿਆਵਾਂ ਉਹਨਾਂ ਦੇ ਉੱਤੇ ਸਾਬ ਜੀ ਆਦੇ ਚੱਲ ਗਏ ਨੇ ਇਹਨਾਂ ਦੇ ਈਮਾਨ ਨੂੰ ਨਹੀਂ ਡੁਲਾਇਆ ਗਿਆ ਇਹ ਹੁੰਦਾ ਹੈ ਪ੍ਰੀਖਿਆ ਕੌਣ ਦੇ ਰਿਹਾ ਹੈ ਉਸ ਵੇਲੇ ਪ੍ਰੀਖਿਆ ਤੇ ਸਾਬ ਜੀ ਆਦਿਆਂ ਦੀ ਹੋ ਰਹੀ ਹੈ ਨਾ ਮਾਤਾ ਜੀ ਤੇ ਠੰਡੇ ਬੁਰਜ ਦੇ ਵਿੱਚ ਸੀ ਪਰ ਉਸ ਪ੍ਰੀਖਿਆ ਦੀ ਤਿਆਰੀ ਕੌਣ ਕਰਵਾ ਰਿਹਾ ਸੀ ਪਿੱਛੇ ਉਹ ਮਾਤਾ ਗੁਜਰੀ ਜੀ ਦੀ ਤਿਆਰੀ ਕਰਵਾ ਰਹੇ ਨੇ ਔਰ ਨਿਭ ਗਿਆ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਕਿਉਂਕਿ ਉਹ ਇੱਥੇ ਜਾ ਕੇ ਜਾਦਾ ਕੰਮ ਕਰਦੀ ਹੈ ਘਟਨਾ ਜਿਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਸੀਸ ਭਾਈ ਜੀਵਨ ਸਿੰਘ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਕੀਰਤਪੁਰ ਪਹਿਲਾਂ ਲੈ ਕੇ ਆਏ ਸੀ ਤੇ ਮਾਤਾ ਗੁਜਰੀ ਜੀ ਨੇ ਇੱਕੋ ਜਿ ਵਿਚਾਰਵਾਨਾ ਨੇ ਲਿਖਿਆ ਇਸ ਗੱਲ ਨੂੰ ਮਾਤਾ ਗੁਜਰੀ ਜੀ ਨੇ ਉਹ ਜਦੋਂ ਕਪੜਾ ਪਰੇ ਕੀਤਾ ਸੀ ਤੇ ਸੀਸ ਦੇ ਦਰਸ਼ਨ ਕੀਤੇ ਸੀ ਤੇ ਇੱਕ ਬੋਲ ਆਖੇ ਸੀ ਤੁਹਾਡੀ ਨਿਭ ਗਈ ਹੈ ਮੇਰੀ ਨਿਭ ਜਾਵੇ ਐਸੀ ਕਿਰਪਾ ਕਰਨੀ ਔਰ ਬਸ ਇਹੀ ਖੇਡ ਹੈ ਗੁਰੂ ਘਰ ਦੇ ਵਿੱਚ ਜਿਨ੍ਹਾਂ ਦੀਆਂ ਨਿਭ ਗਈਆਂ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਨਿਭ ਜਾਣਗੀਆਂ ਉਹਨਾਂ ਨੂੰ ਯਾਦ ਕੀਤਾ ਜਾਵੇਗਾ ਆ ਜੀਵਨ ਹੈ ਗੁਰੂ ਘਰ ਦੇ ਵਿੱਚ ਬਸ ਨਿਭ ਜਾਵੇ ਅਸੀਂ ਰੋਜ਼ ਇਸ ਗੱਲ ਨੂੰ ਮੰਗਦੇ ਹਾਂ ਮਾਨ ਥੋੜਾ ਕਰਦੇ ਆਂ ਵੀ ਸੱਚੇ ਪਾਤਸ਼ਾਹ ਵੇਖੋ ਜੀ ਕਿੰਨੀ ਨਿਭਾ ਲਈ ਐ ਅਸੀਂ ਤੇ ਉਹ ਕਹਿੰਨੇ ਆਂ ਵੀ ਮਹਾਰਾਜ ਨਿਭ ਜਾਵੇ ਗੁਰੂ ਕਿਰਪਾ ਕਰੇ ਤੇ ਮਾਤਾ ਜੀ ਨੇ ਆਖਿਆ ਨਿਭ ਜਾਵੇ ਉਹ ਮਨ ਦੇ ਵਿੱਚ ਸ਼ੁਕਰ ਹੈ ਕਿ ਜੋ ਮੈਂ ਆਖਿਆ ਸੀ ਬੱਚੇ ਉਹਦੇ ਉੱਤੇ ਪੂਰੇ ਉਤਰ ਆਏ ਨੇ ਰਾਤ ਫਿਰ ਬੀਤਦੀ ਹੈ ਇਸ ਰਾਤ ਦੇ ਵਿੱਚ ਮੋਤੀਰਾਮ ਮਹਿਰਾ ਦੇ ਵੱਲੋਂ ਦੁੱਧ ਪਿਉਣ ਦਾ ਸਹਿਬਜ਼ਾਦਿਆਂ ਨੂੰ ਜ਼ਿਕਰ ਆਉਂਦਾ ਹੈ। ਔਰ ਇਸ ਦੁੱਧ ਪਿਉਣ ਦੇ ਬਦਲੇ ਜਦੋਂ ਬਾਅਦ ਦੇ ਵਿੱਚ ਉਹਦੇ ਬਾਰੇ ਇਹ ਪਤਾ ਲੱਗਾ ਕਿ ਇਹਨੇ ਪੈਸੇ ਦੇ ਕੇ ਰਿਸ਼ਵਤ ਦੇ ਕੇ ਤੇ ਸਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਦੁੱਧ ਪਿਆਇਆ ਹੈ, ਸੇਵਾ ਕੀਤੀ ਹੈ, ਉਹਦੇ ਬਦਲੇ ਦੇ ਵਿੱਚ ਇਹਦਾ ਸਾਰਾ ਪਰਿਵਾਰ ਕੋਲੂ ਦੇ ਵਿੱਚ ਪੀੜ ਦਿੱਤਾ ਗਿਆ ਸੀ। ਜਿੱਦੇ ਨਾਲ ਤੇਲ ਕੱਢਿਆ ਜਾਂਦਾ ਹੈ, ਉਹਦੇ ਵਿੱਚ ਉਹ ਵੇਖੋ ਕਿ ਕਿਵੇਂ ਉਹ ਜਿਹੜੇ ਸਰੋਂ ਦੇ ਦਾਣੇ ਹੁੰਦੇ ਨੇ ਉਹਨਾਂ ਦਾ ਉਹ ਹਾਲ ਕਰ ਦਿੰਦਾ ਹੈ ਜਦ ਤੁਸੀਂ ਵੇਖ ਲਵਾ ਜਿਹੜਾ ਗੰਨੇ ਦਾ ਰਸ ਨਿਕਲਦਾ ਹੈ ਇਹਦਾ ਇਹ ਹਾਲ ਕਰ ਦਿੰਦਾ ਹੈ ਤੇ ਇਹਦੇ ਵਿੱਚੋਂ ਜਦੋਂ ਬੰਦੇ ਦਾ ਸਰੀਰ ਕੱਢ ਦਿੱਤਾ ਜਾਂਦਾ ਹੋਵੇਗਾ ਤੇ ਬੰਦੇ ਦੇ ਪੱਲੇ ਕੀ ਛੜਦਾ ਹੋਵੇਗਾ ਉਹ ਔਰ ਸਜਾਵਾਂ ਸੀ ਇਹ ਸਜਾਵਾਂ ਦਿੱਤੀਆਂ ਜਾਂਦੀਆਂ ਸੀ ਉਹਨਾਂ ਨੂੰ ਉਸ ਦੁੱਧ ਪੀਉਣ ਦੇ ਬਦਲੇ ਆਹ ਜਿਹੜੀ ਸਜ਼ਾ ਹੈ ਉਹਦੇ ਪਰਿਵਾਰ ਨੂੰ ਮਿਲੀ ਅੱਜ ਨਾ ਅਸੀਂ ਇਹਨਾਂ ਦਿਨਾਂ ਦੇ ਵਿੱਚ ਵਾਹਿਗੁਰੂ ਤੁਹਾਨੂੰ ਤੰਦਰੁਸਤੀਆਂ ਦੇਵੇ ਆ ਜੋ ਦੁੱਧ ਦੀ ਸੇਵਾ ਕੀਤੀ ਜਾਂਦੀ ਆ ਉਹ ਇਸ ਯਾਦ ਦੇ ਵਿੱਚ ਕੀਤੀ ਜਾਂਦੀ ਹੈ ਸਾਨੂੰ ਪਤਾ ਲੱਗੇ ਇਹਨਾਂ ਘਟਨਾਵਾਂ ਦਾ ਤਾਂ ਕਿ ਉਹਨਾਂ ਨੂੰ ਯਾਦ ਰੱਖਿਆ ਜਾ ਸਕੇ ਅਸੀਂ ਅਕਸਰ ਕਹ ਰਿਹਾ ਹਾਂ ਅਸਥਾਨਾਂ ਦੇ ਕਰਕੇ ਘਟਨਾਵਾਂ ਤੇ ਇਤਿਹਾਸ ਜੁੰਦਾ ਰਹਿੰਦਾ ਹੈ ਸਵੇਰ ਦਾ ਵੇਲਾ ਹੋਇਆ ਜਿਸ ਕਚੈਰੀ ਦੇ ਵਿੱਚ ਸਭਾ ਲੱਗਦੀ ਸੀ ਸਹਬਜ਼ਾਦਿਆਂ ਨੂੰ ਖਤਮ ਕਰਨ ਦੀ ਗੱਲ ਸੀ ਉਸੇ ਅਸਥਾਨ ਦੇ ਉੱਤੇ ਉਸਾਰੀ ਦਾ ਕੰਮ ਸ਼ੁਰੂ ਹੋਣਾ ਸੀ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਇਹ ਦੋ ਜਲਾਦ ਨੇ ਇਹਨਾਂ ਦਾ ਸਰਹੰਦ ਦੇ ਵਿੱਚ ਇਸੇ ਗੱਲ ਦੇ ਬਾਬਤ ਕੇਸ ਚੱਲਦਾ ਪਿਆ ਸੀ ਔਰ ਜਿਸ ਵੇਲੇ ਸਹਿਬਜ਼ਾਦਿਆਂ ਨੂੰ ਖਤਮ ਕਰਨਾ ਹੈ ਜਲਾਦ ਲੱਭੇ ਜਾਣੇ ਸਨ ਉਹਨਾਂ ਨੇ ਆਖਿਆ ਜੇ ਸਾਡਾ ਕੇਸ ਖਤਮ ਕਰ ਦਿੱਤਾ ਜਾਵੇ ਤੇ ਅਸੀਂ ਸਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੁਣਨ ਦੇ ਲਈ ਤਿਆਰ ਹਾਂ ਅਸੀਂ ਚਿਣਾਂਗੇ ਉਸ ਵੇਲੇ ਫਿਰ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੇ ਵੱਲੋਂ ਨੀਹਾਂ ਦੀ ਉਸਾਰੀ ਸ਼ੁਰੂ ਹੁੰਦੀ ਹੈ ਉਹਦਾ ਕੰਮ ਸੀ ਕਿ ਜਦੋਂ ਦੀਵਾਰ ਚਿਣੀ ਜਾਂਦੀ ਹੈ ਉਦੇ ਅੰਦਰ ਬੰਦੇ ਨੂੰ ਖਤਮ ਕਰ ਦਿੱਤਾ ਜਾਂਦਾ ਹੈ ਦਮ ਘਟਣਾ ਸ਼ੁਰੂ ਹੋ ਜਾਂਦਾ ਹੈ ਸਾਹ ਬੰਦ ਹੁੰਦਾ ਹੈ ਸਾਹ ਬੰਦ ਹੋਣ ਦੇ ਨਾਲ ਹੌਲੀ-ਹੌਲੀ ਹੌਲੀ-ਹੌਲੀ ਬੰਦੇ ਦਾ ਜਦੋਂ ਜੀਵਨ ਹੈ ਉਹ ਇਸ ਤਰੀਕੇ ਨਾਲ ਖਤਮ ਹੁੰਦਾ ਹੈ ਇਹ ਤਸੀਹਾ ਦੇਣ ਦਾ ਇੱਕ ਤਰੀਕਾ ਹੁੰਦਾ ਹੈ ਦੀਵਾਰ ਗੋਡਿਆਂ ਤੋਂ ਹੌਲੀ-ਹੌਲੀ ਠੋਡੀ ਤੱਕ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਸਹਬਜ਼ਾਦੇ ਹੌਲੀ-ਹੌਲੀ ਉਸ ਦੀਵਾਰ ਦੇ ਓਲੇ ਹੋ ਗਏ ਜਦੋਂ ਦੀਵਾਰ ਦੇ ਓਲੇ ਹੋਏ ਤੇ ਸੁਭਾਵਿਕ ਜੀ ਗੱਲ ਸੀ ਕਿਸਾ ਉਸ ਦੀਵਾਰ ਦੇ ਅੰਦਰ ਘੁੱਟਣਾ ਜਦੋਂ ਸ਼ੁਰੂ ਹੋਇਆ ਸਹਿਬਜ਼ਾਦੇ ਬੇਹੋਸ਼ ਹੋ ਕੇ ਡਿੱਗੇ ਕਵੀ ਸੋਹਣ ਸਿੰਘ ਭਾਈ ਸੋਹਣ ਸਿੰਘ ਸੀਤਲ ਨਾਂ ਦਾ ਹਵਾਲਾ ਆਪਦੀ ਦੇ ਅੱਗੇ ਰੱਖਦਾ ਪਿਆ ਹਾਂ ਬੇਹੋਸ਼ ਹੋ ਕੇ ਡਿੱਗਣ ਦੇ ਨਾਲ ਕਿਉਂਕਿ ਕੰਧ ਅਜੇ ਗਿੱਲੀ ਸੀ ਜਿਹਦੇ ਕਰਕੇ ਉਹ ਕੰਧ ਵੀ ਨਾਲ ਡਿੱਗ ਪਈ ਔਰ ਇਹਨੂੰ ਸਾਡੇ ਸਮਝਦਾਰ ਤੇ ਵਿਚਾਰਵਾਨ ਕਹਿੰਦੇ ਸੀ ਇਹ ਕੰਧ ਸਹਿਬਜ਼ਾਦਿਆਂ ਵਾਲੀ ਥੋੜਾ ਡਿੱਗੀ ਹੈ ਅਤੇ ਦਿੱਲੀ ਦਰਬਾਰ ਦੀ ਕੰਧ ਡਿੱਗੀ ਸੀ ਮੁਗਲਾਂ ਦੀ ਨੀਂਹ ਦੀ ਕੰਧ ਡਿੱਗ ਪਈ ਸੀ ਅਜ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਇਥੋਂ ਰਾਜ ਸ਼ੁਰੂ ਕੀਤਾ ਸੀ ਬਾਦ ਦੇ ਵਿੱਚ ਚਲੋ ਅਸੀਂ ਸਮਾਂ ਬਣੇ ਤੇ ਵਿਚਾਰਾਂਗੇ ਇਹਨਾਂ ਘਟਨਾ ਨੂੰ ਉਹ ਕੰਧ ਜਦੋਂ ਡਿੱਗਦੀ ਹੈ دیوار ਡਿੱਗੀ ਤੇ ਉਸ ਵੇਲੇ ਸਹਬਜ਼ਾਦਿਆਂ ਦੇ ਕਿਉਂਕਿ ਥੋੜਾ ਜਿਆ ਅਜੇ ਉਹਨਾਂ ਦੇ ਅੰਦਰ ਪ੍ਰਾਣ ਚੱਲਦੇ ਪਏ ਸਨ ਸਹਿਕ ਦੇ ਪਏ ਸਨ ਸਰੀਰਾਂ ਦੇ ਉੱਤੇ ਛਾਤੀਆਂ ਦੇ ਉੱਤੇ ਗੋਡੇ ਰੱਖ ਕੇ ਤੇ ਉਸ ਵੇਲੇ ਕਟਾਰ ਦੇ ਨਾਲ ਸਹਬਜ਼ਾਦਿਆਂ ਦੇ ਗਲੇ ਚਾਕ ਕੀਤੇ ਗਏ ਨੇ ਗਲੇ ਕਟੇ ਗਏ ਨੇ ਸਾਰ ਰਗ ਕੱਟੀ ਜਾਂਦੀ ਹੈ ਔਰ ਇਹਦੇ ਨਾਲ ਇਹ ਗੱਲ ਬੋਲੀ ਜਾਂਦੀ ਹੈ ਕਿ ਉਸ ਸਾਰ ਰਗ ਨੂੰ ਕੱਟਣ ਦੇ ਨਾਲ ਸਹਬਜਾਦਾ ਬਾਬਾ ਜੁਰਾਵਰ ਸਿੰਘ ਉਹ ਤੇ ਉਸੇ ਵੇਲੇ ਸ਼ਹਾਦਤ ਪ੍ਰਾਪਤ ਕਰ ਗਏ ਲਗਭਗ 12 ਮਿੰਟ ਦੇ ਕਰੀਬ ਬਾਬਾ ਫਤਿਹ ਸਿੰਘ ਉਸ ਸਾਰ ਰਗ ਨੂੰ ਕੱਟਣ ਦੇ ਕਰਕੇ ਆਪਣੇ ਹੱਥ ਪੈਰ ਮਾਰਦੇ ਰਹੇ ਮੈਂ ਸਿਰਫ ਇਸ ਕਰਕੇ ਕਟਨਾਵਾ ਨੂੰ ਕਹਿ ਰਿਹਾ ਹਾਂ ਕਿ ਆਪਾਂ ਅਕਸਰ ਇਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਨੇ ਪਿਛਲੇ ਦਿਨਾਂ ਦੀਆਂ ਹਾਜ਼ਰੀਆਂ ਭਰੀਆਂ ਨੇ ਮੇਰਾ ਮਕਸਦ ਇਹ ਨਹੀਂ ਹੁੰਦਾ ਕਿ ਆਪਾਂ ਇਹਨਾਂ ਘਟਨਾਵਾਂ ਨੂੰ ਇਸ ਰੂਪ ਦੇ ਵਿੱਚ ਯਾਦ ਕਰੀਏ ਕਿ ਸਾਡੇ ਅੰਦਰ ਦੁੱਖ ਦੀ ਗੱਲ ਆਵੇ ਨਹੀਂ ਸੀ ਸਾਡੇ ਅੰਦਰ ਸਾਡੇਆਂ ਨੇ ਸੋਗ ਦੀ ਗੱਲ ਆਖੀ ਹੀ ਨਹੀਂ ਸੀ ਦਰਦ ਹੋਣਾ ਚਾਹੀਦਾ ਹੈ ਮਨ ਦੇ ਵਿੱਚ ਵੈਰਾਗ ਹੋਣਾ ਚਾਹੀਦਾ ਹੈ ਇਹ ਪੱਕੀ ਗੱਲ ਹੈ ਪਰ ਇਹ ਵੈਰਾਗ ਇਦਾਂ ਹੀ ਸਾਡਾ ਵਹਿ ਜਾਵੇ ਜ਼ਿੰਦਗੀ ਨੂੰ ਕੁਝ ਸਾਨੂੰ ਸਿੱਖਣ ਦੀ ਕੁਝ ਕਰਨ ਦੀ ਪ੍ਰੇਰਣਾ ਹੀ ਨਾ ਦੇ ਕੇ ਜਾਵੇ ਇਸ ਵੈਰਾਗ ਦਾ ਕੋਈ ਲਾਭ ਨਹੀਂ ਹੈ ਤੇ ਕੋਈ ਫਾਇਦਾ ਨਹੀਂ ਹੈ ਮੈਂ ਫੇਰ ਦੁਹਰਾ ਰਿਹਾ ਹਾਂ ਇਹ ਦਿਨ ਇਦਾਂ ਦੇ ਨੇ ਸਾਡੇ ਅੰਦਰ ਇੱਕ ਭਾਵਨਾ ਪੈਦਾ ਹੋਣੀ ਚਾਹੀਦੀ ਹੈ ਜਿਨ੍ਹਾਂ ਦੇ ਵੇਲੇ ਇਹ ਘਟਨਾ ਵਾਪਰੀ 1704 ਚ ਵਾਪਰੀ 1710 ਦੇ ਵਿੱਚ ਉਹਨਾਂ ਨੇ ਰਾਜ ਕਾਇਮ ਕਰ ਦਿੱਤਾ ਅਸੀਂ ਇਹਨਾਂ ਘਟਨਾਵਾਂ ਨੂੰ ਇਹਨਾਂ ਦਿਹਾੜਿਆਂ ਨੂੰ ਆਪਣੇ ਜੀਵਨ ਦੇ ਵਿੱਚ ਕਿਦਾਂ ਵਿਚਾਰਦੇ ਹਾਂ ਇਹ ਸਾਡੇ ਸਾਹਮਣੇ ਹੈ ਕਿ ਘਟੋ ਘਟ ਆਪਣੀ ਜ਼ਿੰਦਗੀ ਤੇ ਇਸ ਪਾਸੇ ਦੀ ਤਿਆਰ ਕਰ ਲਈਏ ਸਾਡੇ ਸਾਹਮਣੇ ਰੋਲ ਮਾਡਲ ਕੀ ਨੇ ਸਹਿਬਜ਼ਾਦਿਆਂ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਗਿਆ ਟੋਡਰ ਮਲਦੇ ਵੱਲੋਂ ਮਾਤਾ ਗੁਜਰੀ ਜੀ ਨੂੰ ਖਬਰ ਪਹੁੰਚਾਈ ਗਈ ਕਿ ਸਹਬਜ਼ਾਦਿਆਂ ਦੇ ਨਾਲ ਇਹ ਬਾਣਾ ਵਰਤਾ ਦਿੱਤਾ ਗਿਆ ਹੈ ਮਾਤਾ ਗੁਜਰੀ ਜੀ ਵੀ ਉਸ ਵੇਲੇ ਆਪਣ ਇਸ ਸੰਸਾਰ ਦੇ ਵਿੱਚੋਂ ਚਲਾਣਾ ਕਰ ਜਾਂਦੇ ਨੇ ਕਈਆਂ ਨੇ ਆਖਿਆ ਜੀ ਮਾਤਾ ਜੀ ਨੇ ਆਪ ਆਪਣੇ ਸਾਥ ਚੜ੍ਹਾ ਲਏ ਪਰ ਅਸੀਂ ਇਸ ਗੱਲ ਨੂੰ ਵੀ ਵਿਚਾਰਦੇ ਹਾਂ ਜਿਹੜੀ ਮਾਤਾ ਨੇ ਆਪਣੇ ਜੀਵਨ ਦੇ ਵਿੱਚ ਆਪਣੇ ਪਤੀ ਦਾ ਸੀਸ ਆਪਣੇ ਕੋਲ ਜਦੋਂ ਕਬੂਲ ਕੀਤਾ ਉਸ ਵੇਲੇ ਮਾਤਾ ਨੇ ਸਬਰ ਰੱਖਿਆ ਹੈ ਇਨਾ ਔਖਾ ਵੇਲਾ ਇਨਾ ਪਿਛਲਿਆ ਦਿਨਾਂ ਦੇ ਵਿੱਚ ਮਾਤਾ ਦੇ ਉੱਤੇ ਰਿਆ ਮਾਤਾ ਉਸ ਵੇਲੇ ਜਿਹੜਾ ਹੈ ਉਹ ਬੱਚਿਆਂ ਨੂੰ ਸਿੱਖਿਆ ਦਿੰਦੀ ਰਹੀ ਹੈ ਤੇ ਕੀ ਮਾਤਾ ਇਸ ਵੇਲੇ ਇੰਨੀ ਕਮਜ਼ੋਰ ਹੋ ਜਾਣੀ ਸੀ ਉਹ ਅਸਲ ਦੇ ਵਿੱਚ ਘਟਨਾ ਇਹ ਵਾਪਰੀ ਹੋਵੇਗੀ ਲਿਖਤਾਂ ਦੇ ਵਿੱਚ ਨਹੀਂ ਆਉਂਦਾ ਇਸ ਕਰਕੇ ਹਰ ਇੱਕ ਨੇ ਆਪਣਾ ਆਪਣਾ ਕਿਆਸ ਲਗਾਇਆ ਹੈ ਹੋ ਸਕਦਾ ਹੈ ਕਿ ਮਾਤਾ ਜੀ ਨੂੰ ਵੀ ਉਸ ਵੇਲੇ ਖਤਮ ਕਰ ਦਿੱਤਾ ਗਿਆ ਹੋਵੇ ਇਹ ਤਿੰਨ ਸ਼ਹਾਦਤਾਂ ਜਿਹੜੀਆਂ ਨੇ ਉਹ ਇਸ ਦਿਨ ਦੇ ਵਿੱਚ ਹੁੰਦੀਆਂ ਨੇ ਪਰ ਸਾਰਿਆਂ ਨੇ ਇਹੀ ਆਖਿਆ ਇਹ ਸ਼ਹਾਦਤਾਂ ਸਿਰਫ ਇਦਾਂ ਨਹੀਂ ਕਿ ਕੌਮ ਨੇ ਅਜਾਈ ਗਵਾ ਦਿੱਤੀਆਂ ਜਿੰਨੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਸੀ ਕਿ ਭਾਈ ਜੇਕਰ ਹੁਣ ਉੱਠੇ ਹਾਂ ਤੇ ਜਿਸ ਨੇ ਜਿਸ ਸਰਕਾਰ ਨੇ ਜਿਸ ਨੇ ਇੰਨਾ ਜ਼ੁਲਮ ਕੀਤਾ ਹੈ ਅਸੀਂ ਇਹਦੇ ਜ਼ੁਲਮ ਦੇ ਵਿੱਚ ਇਹਦੇ ਨਾਲ ਨਹੀਂ ਸਕੋ ਇਹਦਾ ਮੁਕਾਬਲਾ ਕਰਨਾ ਹੈ ਇਹ ਮਨ ਦੇ ਵਿੱਚ ਖਿਆਲ ਸੀ ਐਵੇਂ ਨਹੀਂ ਕਿ ਅਸੀਂ ਇਹਨਾਂ ਘਟਨਾਵਾਂ ਨੂੰ ਪੜ ਲੀਨੇ ਹਾਂ ਤੇ ਸੁਣ ਲੀਨੇ ਆ ਤੇ ਗੱਲ ਤੁਰ ਪੈਂਦੀ ਹੈ ਜੀਵਨ ਦੇ ਵਿੱਚੋਂ ਭਾਈ ਜੋ ਜੀਵਨ 'ਚ ਗਲਤ ਲੱਗਦੇ ਨੇ ਉਹਨਾਂ ਨੂੰ ਪਰੇ ਵੀ ਤੇ ਛੱਡ ਕੇ ਵੇਖੀਏ ਸਿਰਫ ਐਸ ਕਰਕੇ ਇਹ ਘਟਨਾਵਾਂ ਹੋਈਆਂ ਨੇ ਸ਼ਹਾਦਤਾਂ ਇਸ ਕਰਕੇ ਯਾਦ ਕਰਨੀਆਂ ਨੇ ਕਿ ਭਾਈ ਅਸੀਂ ਆਪਣੇ ਜੀਵਨ ਦਾ ਜਿਹੜਾ ਨਿਜ ਹੈ ਸਾਨੂੰ ਲੱਗਦਾ ਅਸੀਂ ਹੀ ਜ਼ਿੰਦਗੀ 'ਚ ਰਹਿ ਕੇ ਤੇ ਅਸੀਂ ਹੀ ਸਭ ਤੋਂ ਔਖੇ ਨਹੀਂ ਉਨ੍ਹਾਂ ਕਟਨਾਮਾਂ ਨੂੰ ਵੇਖੀਏ ਜਿਨ੍ਹਾਂ ਕਟਨਾਮਾਂ ਨੇ ਸਾਨੂੰ ਜੀਵਨ ਬਖਸ਼ਣਾ ਤੇ ਹਰ ਦੁੱਖ ਦੇ ਵਿੱਚੋਂ ਵੀ ਚੜ੍ਹਦੀ ਕਲਾ ਬਖਸ਼ਣੀ ਹੈ ਕੋਈ ਵੀ ਦੁੱਖ ਨੀਹਾਂ ਦੇ ਵਿੱਚ ਚਿਣੇ ਜਾਣ ਤੋਂ ਵੱਡਾ ਨਹੀਂ ਹੈ ਕੋਈ ਵੀ ਦੁੱਖ ਸੀਸ ਕਟਾ ਲੈਣ ਤੋਂ ਵੱਡਾ ਨਹੀਂ ਹੈ ਕੋਈ ਵੀ ਦੁੱਖ ਤਤੀ ਤਵੀ ਦੇ ਉੱਤੇ ਬੈਠ ਜਾਣ ਤੋਂ ਵੱਡਾ ਨਹੀਂ ਹੈ ਤੇ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਕੰਪੈਰੀਜ਼ਨ ਕਰਦਾ ਪਿਆ ਹਾਂ ਪਰ ਸਾਡੇ ਸਾਹਮਣੇ ਸਾਡੇ ਪੁਰਖਿਆਂ ਨੇ ਉਹ ਦੁੱਖ ਝੱਲੇ ਨੇ ਅਸੀਂ ਛੋਟੇ ਛੋਟੇ ਦੁੱਖਾਂ ਤੋਂ ਕਿਉਂ ਕਿਭਰਉਂਦੇ ਰਹਿੰਦੇ ਹਾਂ ਜੀਵਨ ਦੇ ਵਿੱਚ ਮਾਲਕ ਦੇ ਕੋਲੋਂ ਇਹ ਮੰਗਿਆ ਕਰੀਏ ਸੱਚੇ ਪਾਤਸ਼ਾਹ ਜੇ ਦੁੱਖ ਆ ਗਿਆ ਹੈ ਤੇ ਹਜ਼ੂਰ ਜੀ ਇਸ ਦੁੱਖ ਨੂੰ ਬਰਦਾਸ਼ਤ ਕਰਨ ਦੀ ਤਾਕਤ ਵੀ ਤੇ ਬਖਸ਼ਿਓ ਇਹ ਇਨਾਂ ਘਟਨਾਵਾਂ ਤੋਂ ਸਿੱਖਣਾ ਹੈ